ਤੇ ਮੱਥੇ ਟਿਕਾਣੇ ਬਹੁਤ ਕੋਈ ਸੀ ਜਿਹੜਾ ਤੁਸੀਂ ਸਭ ਕੁਝ ਛੱਡ ਕੇ ਬਹਿ ਗਏ ਇਸ ਕਰਕੇ ਇਹ ਡੇਰੇ ਤਾਂ ਮੈਂਸ਼ਨ ਹੋਏ ਜਦੋਂ ਅਸੀਂ ਭੁੱਲੇ ਹ ਜੇ ਅਸੀਂ ਨਾ ਭੁੱਲਦੇ ਤੇ 15-15 ਕਿਲੇ ਦੇ ਡੇਰੇ ਨਾ ਖੁੱਲਦੇ ਨਾ ਉੱਥੇ ਨਿਸ਼ਾਨ ਸਾਹਿਬ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਨਾ ਉੱਥੇ ਕੋਈ ਅਰਦਾਸ ਨਾ ਤੇ ਕੋਈ ਫਤਿਹ ਵਾਹਿਗੁਰੂ ਜੀ ਉਹਨਾਂ ਦਾ ਅਸਲਾਮ ਅਲੈਕਮ ਉਹਨਾਂ ਦੀ ਰਾਮ ਰਾਮ ਨਮਸਤੇ ਸਾਡੀ ਹੈਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਕਾਰਾ ਹੈ ਉਹਨਾਂ ਦਾ ਹੈ ਅੱਲਾਹੁ ਅਕਬਰ ਸਾਡਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇੱਕ ਦੁਨੀਆ ਦੀ ਪਹਿਲੀ ਕੌਮ ਹੈ ਜਿਹਦਾ ਚ ਜਨਾਨੀ ਨੂੰ ਭਾਰਤ ਵਿੱਚ ਪਹਿਲੀ ਵਾਰ ਬਰਾਬਰਤਾ ਦਿੱਤੀ ਗਈ ਜਨਾਨੀ ਨੂੰ ਪੈਰ ਦੀ ਜੁੱਤੀ ਕਰਕੇ ਰੱਖਿਆ ਗਿਆ ਇਹ ਗੁਰੂ ਨਾਨਕ ਦੀ ਵਿਢਾਈ ਹੈ ਇਹ ਦੁਨੀਆ ਦੀ ਪਹਿਲਾ ਧਰਮ ਹੈ ਜਿਸ ਧਰਮ ਵਿੱਚ ਹਰ ਜਨਾਨੀ ਤੇ ਬੰਦੇ ਨੂੰ ਇੱਕ ਹਥਿਆਰ ਲੈਣ ਦੀ ਇਜਾਜ਼ਤ ਹੈ 9 ਇੰਚ ਦੀ ਕਿਰਪਾਨ ਹਰ ਕੁੜੀ ਤੇ ਬੰਦਾ ਪਾ ਕੇ ਫਿਰੂਗਾ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਬਾਹਰ ਵੀ ਜਾਏਗਾ ਕਿਰਪਾਨ ਲੈ ਕੇ ਵੱਡੀ ਕਿਰਪਾਨ ਵੀ ਫੜ ਸਕਦਾ ਬੰਦਾ ਜਨਾਨੀ ਵੱਡੀ 3 ਫੁੱਟੀ ਕਿਰਪਾਨ ਫੜ ਸਕਦੀ ਹੈ ਗੱਤਰੇ ਕਰਕੇ ਪਰ ਵੱਡੀ ਕਿਰਪਾਨ ਤੁਹਾਡੀ ਜਹਾਜ਼ ਵਿੱਚ ਤੇ ਅਸੈਂਬਲੀ ਚ ਨਹੀਂ ਜਾ ਸਕਦੀ ਬਾਕੀ ਕਿਤੇ ਵੀ ਲੈ ਕੇ ਜਾਓ ਇਹ ਭਾਰਤ ਵਿੱਚ ਪਹਿਲੀ ਕਾਨੂੰਨ ਹੈ ਜਿਹਦੇ ਦਾੜੇ ਦਸਤਾਰਾ ਤੇ ਕਿਰਪਾਨ ਧਾਰਮਿਕ ਚਿੰਨ ਬਣਾ ਕੇ ਕੋਈ ਇਹਨਾਂ ਦੀ ਬਿਆਦਵੀ ਕਰਦਾ ਤੇ ਉਹਨੂੰ 2 ਸਾਲ ਦੀ ਸਜ਼ਾ ਸੰਵਿਧਾਨਕ ਤੌਰ ਤੇ ਦਿੱਤੀ ਜਾਂਦੀ ਹੈ ਪਹਿਲੀ ਕਾਨੂੰਨ ਭਾਰਤ ਵਿੱਚ ਔਰ ਪਹਿਲੀ ਕੌਮ ਹੈ ਜਿਹਦੇ ਹਰ ਬੰਦੇ ਨੂੰ ਸਰਦਾਰ ਜੀ ਦਾ ਮੁਖਾਤਬ ਕੀਤਾ ਗਿਆ ਅਜ ਤੱਕ ਕਿਸੇ ਕੌਮ ਦੇ ਹਰ ਬੰਦੇ ਨੂੰ ਸਰਦਾਰ ਨਹੀਂ ਬਣਿਆ ਕੋਈ ਫਿਰ ਆ ਜੇ ਕੌਮ ਐਨੀ ਛੇਤੀ ਗਰਖ ਹੋਈ ਹੈ ਪੰਜਾਬ ਵਿੱਚੋਂ ਉਹਦਾ ਸਾਡਾ ਕਸੂਰ ਹੈ ਅਸੀਂ ਕੋਈ ਗ੍ਰੰਥੀ ਚੰਗੇ ਨਹੀਂ ਰੱਖੇ ਉਹਨਾਂ ਦੀ ਚੰਗੀ ਤਨਖਾਹ ਨਹੀਂ ਦਿੱਤੀ ਉਹਨਾਂ ਦਾ ਮੌਲਵੀ ਉਹਨਾਂ ਦਾ ਪਾਦਰੀ ਉਹਨਾਂ ਦਾ ਬ੍ਰਾਹਮਣ ਤੁਹਾਡਾ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਤੁਹਾਡੇ ਗ੍ਰੰਥੀ ਸਿੰਘ ਭਾਈ ਮਨੀ ਸਿੰਘ ਤੋ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਐਸੀ ਕੋਈ ਗੱਲ ਨਹੀਂ ਜਿਹੜੀ ਤੁਹਾਡੇ ਇਲਾਕੇ 'ਚ ਸਾਡੇ ਭੌਂਕਣ ਨਾਲ ਤੁਹਾਨੂੰ ਪਤਾ ਨਾ ਲੱਗਿਆ ਹੋਵੇ ਫੇ ਰੋਜ਼ ਤੁਹਾਨੂੰ ਇੱਕੋ ਗੱਲ ਕਹੀ ਜਾਈਏ ਢੀਠੋ ਐ ਢੀਠ ਲੋਕਾਂ ਦੀ ਹਾਲਤ ਹੁੰਦੀ ਐ ਰੋਜ਼ ਇੱਕ ਗੱਲ ਕਹੀ ਜਾਓ ਫੇਰ ਵੀ ਗੱਲ ਨਹੀਂ ਮਨ ਔਰ ਤੁਸੀਂ ਰੋਜ਼ ਖੜੇ ਹੋ ਕੇ ਵੀ ਕਹੀ ਜਾਣਾ ਸਭ ਸਿੱਖਨ ਕੋ ਹੁਕਮ ਹੈ ਉਹ ਕੀ ਕਹਨੇ ਹੋਨੇ ਪ੍ਰਭੂ ਗੁਰੂ ਮਾਨੇਓ ਕਿਹਦੇ ਲਈ ਕਹਨੇ ਆ ਤੁਸੀਂ ਲੋਕ ਕਿਉਂ ਸ਼ਰਾਬ ਪੀਨੇ ਹੋ ਕਿਉਂ ਝੂਠ ਬੋਲਦੇ ਹੋ ਲੇਖਾ ਨਹੀਂ ਹੋਣਾ ਦੇਸ਼ ਗੰਦਾ ਹੋ ਗਿਆ ਸਮਾਜ ਤੁਹਾਡਾ ਨਿਘਾਰ ਤੇ ਪਹੁੰਚ ਗਿਆ ਆਮਦਨਾਂ ਤੁਹਾਡੀਆਂ ਥੱਲੇ ਟੁੱਟ ਗਈਆਂ ਤੇ ਤੁਹਾਨੂੰ ਕੋਠੀਆਂ ਪਾਣ ਦਾ ਚਾ ਚੜਿਆ ਨਿਆਣੇ ਦੋ ਨਹੀਂ ਜੰਮਣ ਲਏ ਤੁਸੀਂ ਬਹੁਤ ਕੁਛ ਹੈ ਤੁਹਾਡੇ ਨਾਲ ਸਾਂਝ ਪਾਣ ਵਾਲੀ ਮੈਂ ਵੀ ਤੁਹਾਡੇ ਵਿੱਚ ਹੀ ਆ ਇਸ ਕਰਕੇ ਪਹਿਲੀ ਦੁਨੀਆ ਦੀ ਕੌਮ ਹੈ ਜਿਦੇ ਵਿੱਚ ਗੁਰਦੁਆਰੇ ਚ ਲੰਗਰ ਹਾਲ ਬਣਾਇਆ ਜਾਂਦਾ ਹੈ ਕਿਸੇ ਧਰਮ ਚ ਲੰਗਰ ਹਾਲ ਨਹੀਂ ਨਾਲ ਬਣਾਇਆ ਗਿਆ ਭਾਰਤ ਦੀ ਪਹਿਲੀ ਕੌਮ ਜਿੱਥੇ ਜਾਤਾਂ ਮਕਾਇਆਂ ਨਹੀਂ ਗੀਆਂ ਕੋਈ ਸਿੱਖ ਚ ਚਮਿਆਰ ਨਹੀਂ ਹੁੰਦਾ ਕੋਈ ਸਿੱਖ ਜੱਟ ਨਹੀਂ ਹੁੰਦਾ ਕੋਈ ਸਿੱਖ ਬ੍ਰਾਹਮਣ ਨਹੀਂ ਹੁੰਦਾ ਸਿੱਖ ਸਿੱਖ ਹੀ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਮ ਜਿਹੜਾ ਮਰਜ਼ੀ ਕਰ ਸਕਦਾ ਉਹਨੂੰ ਪਾਬੰਦੀ ਨਹੀਂ ਆ ਵੀ ਉਹਨੇ ਚਮਿਆਰਨਾ ਚਮਿਆਰਾਂ ਵਾਲੇ ਕੰਮ ਕਰਨੇ ਆ ਕੋਈ ਵੀ ਕੰਮ ਕਰ ਸਕਦਾ ਬਰਾਬਰ ਇੱਜ਼ਤ ਲਾਊਗਾ ਬਰਾਬਰ ਬੈ ਕੇ ਖਾਣਾ ਖਾਏਗਾ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਰੱਖਾਂਗੇ ਪਰ ਜਿਹੜੇ ਸਿੱਖਾਂ ਦੇ ਘਰ ਜੰਮ ਕੇ ਸਿੱਖੀ ਨਹੀਂ ਧਾਰਨ ਕਰ ਗਏ ਉਹਨਾਂ ਨੂੰ ਕੁੜੀ ਦੇਣੀ ਸਾਨੂੰ ਮਨਾ ਕੀਤੀ ਹੋਈ ਕੁੜੀ ਮਾਰ ਨੜੀ ਮਾਰ ਸਿਰ ਗੁੰਮ ਜਿਹੜਾ ਸਿਰ ਗੁੰਮ ਥੋੜੇ ਜੇ ਬਾਲ ਰੱਖ ਲੈ ਵਿੱਚੋਂ ਵਾਲ ਵੱਢ ਦਿੱਤੇ ਇਹਨੂੰ ਕਹਿੰਦੇ ਸਿਰ ਗੁੰਮ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਣੀ ਇਹ ਗੁਰੂ ਨਾਨਕ ਦਾ ਮਿਸ਼ਨ ਸੀ ਅੱਜ ਦੇ ਸਮੇਂ ਵਿੱਚ ਆਸੀਂ ਉਹਦੀਆਂ ਧੱਜੀਆਂ ਡਾਈਆਂ ਤੰਗੇ ਹੋ ਕੇ ਤਗੜੇ ਹੋ ਕੇ ਤੇ ਥਾਂ ਥਾਂ ਤੇ 15 ਕਿਲੇ ਦੇ ਡੇਰੇ ਬਣੇ ਉੱਥੇ ਕੋਈ ਅਰਦਾਸ ਨਹੀਂ ਹੋਈ ਉੱਥੇ ਕੋਈ ਦੇਗ ਨਹੀਂ ਬਣੀ ਉੱਥੇ ਕੋਈ ਮੂਲ ਮੰਤਰ ਨਹੀਂ ਹੋਇਆ ਉੱਥੇ ਕੋਈ ਗੁਰ ਮੰਤਰ ਨਹੀਂ ਹੋਇਆ ਉੱਥੇ ਕੋਈ ਨਿਤਨੇਮ ਨਹੀਂ ਹੋਇਆ ਉੱਥੇ ਕੋਈ ਨਹੀਂ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੈਸੇ ਤੁਸੀਂ ਦਿੱਤੇ ਆ ਜ਼ਮੀਨਾਂ ਤੁਸੀਂ ਦਿੱਤੀਆਂ ਹੋਈਆਂ ਸਿੱਖੋ ਹੁਣ ਤੁਸੀਂ ਦੁਖੇ ਹੋਏ ਆ ਸ਼ਰਾਬ ਨਾਲ ਤੁਹਾਡੀ ਮਤ ਮਾਰੀ ਪਈ ਐ ਸਮੈਗ ਉੱਤੇ ਚੜੀ ਪਈ ਤੁਹਾਡੇ ਕੈਪਸੂਲ ਤੁਹਾਡੇ ਮੁੰਡੇ ਖਾਣ ਲੱਪੇ ਗੋਲੀਆਂ ਟਰਮਾਂ ਡੋਲਦੀਆਂ ਖਾਣ ਲੱਪੇ ਕਿੱਦਾਂ ਮੌਤ ਹੋਣੀ ਐ ਕਿੰਨਾ ਚੰਗਾ ਵਾਤਾ ਸੀ ਕਾਫੀ ਦੁਖੀ ਹੋ ਕੇ ਮਰਿਆ ਸਾਬ ਔਖਣਾ ਔਖਾ ਹੁੰਦਾ ਹੁੰਦਾ ਇਹਨਾਂ ਹਾਲਤਾਂ 'ਚ ਕਿਸੇ ਸਾਡੇ ਸਰੀਰ ਕਿਵੇਂ ਛੁੱਟੂਗਾ ਕਿਸ ਤਰੀਕੇ ਨਾਲ ਅਸੀਂ ਬਿਮਾਰ ਹੋ ਕੇ ਜਾਵਾਂਗੇ ਕਿ ਉੱਪਰ ਨੂੰ ਉੱਡ ਜਾਵਾਂਗੇ ਸਨੇ ਸਰੀਰ ਅੱਗੇ ਕਿੱਥੇ ਜਾਵਾਂਗੇ ਕਿ ਅਰਦਾਸ ਕਰਕੇ ਖਲਾਸੀ ਹੋ ਜਾਊਗੀ ਜੇ ਗੁਰੂ ਦੇ ਬਚਨ ਨਾ ਮੰਨੇ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਸੋ ਸਿਖ ਸ਼ਖਾ ਬੰਦਪ ਹੈ ਭਾਈ ਜੇ ਗੁਰਕੇ ਪਾਉਣੇ ਵਿੱਚ ਆਵੇ ਉਹ ਮੇਰਾ ਸਿੱਖ ਹੋਏਗਾ ਮੇਰਾ ਦੋਸਤ ਹੋਏਗਾ ਕਿਹੜਾ ਗੁਰੂ ਜਿਹੜਾ ਤੁਹਾਨੂੰ ਆਪਣਾ ਦੋਸਤ ਬਣਾ ਰਿਹਾ ਕਿਹੜਾ ਗੁਰੂ ਜਿਹੜਾ ਤੁਹਾਨੂੰ ਆਪਣਾ ਸਹਬ ਬਣਾ ਰਿਆ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਚੇਰਾ ਕਿਹੜਾ ਦੁਨੀਆ ਦਾ ਗੁਰੂ ਜਿਹੜਾ ਤੁਹਾਨੂੰ ਇਹ ਕਹੇਗਾ ਆ ਬਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਰਾਏ ਨੇ ਇੱਕ ਖਾਸ ਪੋਜੀਸ਼ਨ ਵਿੱਚ ਇੱਕ ਗੋਡਾ ਖੜਾ ਕਰਕੇ ਇੱਕ ਜ਼ਮੀਨ ਤੇ ਲਾ ਕੇ ਸੱਜੇ ਹੱਥ ਦੇ ਉੱਤੇ ਖੱਬੀ ਟਲੀ ਰੱਖ ਕੇ ਉਹਨਾਂ ਪੰਜਾਂ ਦੇ ਅੱਗੇ ਵੀ ਜੱਜ ਨਾ ਕੀਤੀ ਵੀ ਮੈਨੂੰ ਵੀ ਖਾਲਸਾ ਜੀ ਗੋਬਿੰਦ ਰਾਏ ਤੋਂ ਕੀ ਬਣਾਓ ਹੁਣ ਗੋਬਿੰਦ ਸਿੰਘ ਬਣਾਓ ਤੇ ਉਨੀ ਕੀ ਆ ਕਿਆ ਉਨੀ ਉਹ ਇਤਿਆਰ ਕੀਤੇ ਹੋਏ ਬੋਲ ਉਹ ਦੀ ਚੂਲਾ ਗੋਵਿੰਦ ਰਾਏ ਦੇ ਹੱਥ ਤੇ ਪਾਰੇ ਨੇ ਤੇ ਕਹਿੰਦੇ ਨੇ ਬੋਲ ਗੋਵਿੰਦ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਵਾਰ ਤੁਸੀਂ ਕਿੱਥੇ ਬੈਠੇ ਆਂ ਆਪ ਸੋਚਣਾ ਤੁਸੀਂ ਫਿਰ ਤੁਸੀਂ ਸਿੱਖ ਹੁੰਨੇ ਹੋ ਸ਼ਰਾਬਾਂ ਪੀ ਕੇ ਕਬਰਾਂ ਦੀ ਪੂਜਾ ਕਰਕੇ ਐਨਾ ਕਿਸੇ ਦੀ ਦੀਵਾ ਬਾਲ ਕੇ ਤੁਹਾਡਾ ਦੀਵਾ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਵਾਹਿਗੁਰੂ ਜਿੰਨੇ ਮਰਜੀ ਬਾਬੇ ਬਣਾ ਲਿਓ ਜੇ ਮਿਹਨਤ ਨਾ ਕਰੋਗੇ ਕੋਈ ਚੀਜ਼ ਪ੍ਰਾਪਤ ਨਹੀਂ ਹੋਏਗੀ ਅਕਾਲਪੁਰਖ ਮਿਹਨਤ ਤੇ ਰਮਤ ਕਰਦਾ ਹੈ ਜਿਹੜੇ ਮਰਜੀ ਬਾਬੇ ਕੋਲ ਚਲੇ ਜੋ ਕਣਕਨਾ ਬੀਜੋ ਤੇ ਵੱਢ ਲਿਓ ਦੇਖਣਾ ਬਾਬੇ ਆ ਕਿਦਾਂ ਤੁਹਾਨੂੰ ਵਢਾ ਦਿੰਦਾ ਕੋਈ ਚੰਗਾ ਬੰਦਾ ਤੁਹਾਨੂੰ ਚੰਗੀਆਂ ਗੱਲਾਂ ਦੱਸ ਸਕਦਾ ਤੁਸੀਂ ਮੰਨੋ ਮੰਨੋ ਨਾ ਮੰਨੋ ਤੇ ਨਾ ਮੰਨੋ ਉਹਦਾ ਕੋਈ ਦੋਸ਼ ਨਹੀਂ ਹੈ ਤੇ ਉਹ ਸਭ ਤੋਂ ਚੰਗੀਆਂ ਗੱਲਾਂ ਸਾਨੂੰ ਬਾਬੇ ਨਾਨਕ ਨੇ ਦਸੀਆਂ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਸੀਆਂ ਅੱਜ ਅਸੀਂ ਉਹਨਾਂ ਦੀ ਕੀਮਤ ਖਤਮ ਕਰ ਦਿੱਤੀ ਹੈ ਤੇ ਨਾਲ ਪਾਸੇ ਮੇਰੇ ਬਿਨ ਲਾਗਾ ਗਵਾਂਢੀ ਬੈਠਾ ਇਸਾਈ ਉਹ ਚੁੱਕ ਕੇ ਝੰਡੇ ਹੀ ਸਾਦੇ ਤੁਹਾਡੇ ਪਿੰਨਾ ਚ ਤੁਰਿਆ ਫਿਰੰਡਿਆ ਤੇ ਤੁਸੀਂ ਆਪਣੇ ਘਰਾ ਘਰਾ ਵਿੱਚੋਂ ਗੁਰੂ ਨਾਨਕ ਦਾ ਸਭ ਕੁਝ ਖਤਮ ਕਰੀ ਬੈਠੇ ਤੁਸੀਂ ਲੋਕ ਐਸੀ ਮੇਰੀ ਮੇਨ ਮੈਂ ਟੋਪ ਕਿ ਮੈਨੂੰ ਥੋੜੀ ਕਾਲੀ ਹੈ ਮਜਬੂਰ ਹਾਂ ਇਹ ਨਹੀਂ ਬੋਲਣਾ ਨਾ ਇਹ ਗਰੰਥੀਆਂ ਨੇ ਐਦਾਂ ਬੋਲਣਾ ਨਾ ਇਹ ਕੀਰਤੀਆਂ ਨੇ ਐਦਾਂ ਬੋਲਣਾ ਕੁਝ ਸ਼ਦਾਈ ਹੀ ਬੰਦਾ ਹੋਏਗਾ ਜਿਹੜਾ ਬੋਲੇਗਾ ਨਹੀਂ ਨਹੀਂ ਬੋਲਣਗੇ ਲੋਕ ਉਹਨਾਂ ਨੂੰ ਪਤਾ ਵੀ ਨਹੀਂ ਮੁੜ ਕੇ ਸਾਨੂੰ ਸੱਦਣਾ ਨਹੀਂ ਹੈ ਤੇ ਸਾਨੂੰ ਲੋੜ ਨਹੀਂ ਅੱਜ ਤੇਲ ਵੀ ਆਪਣਾ ਫੋਗ ਲੈਣਾ ਜੇ ਤੁਸੀਂ ਕਿਸੇ ਵੀ ਬਾਬੇ ਦੇ ਡੇਰੇ ਤੇ ਨਾ ਜਾਓ ਰੋਜ਼ ਗੁਰਦੁਆਰਾ ਸਵੇਰੇ ਭਰਿਆ ਹੋਏ ਸ਼ਾਮ ਨੂੰ ਭਰਿਆ ਹੋਏ ਤੇ ਬਾਬੇ ਨੂੰ ਅਕਲ ਆ ਜੋਗੀ ਵੀ ਇਹਨਾਂ ਲੋਕਾਂ ਨੂੰ ਹੁਣ ਅਕਲ ਆ ਗਈ ਹੈ ਹੁਣ ਮੇਰੀ ਕੰਮ ਹੁਣ ਮੇਰੀ ਦੁਕਾਨ ਨਹੀਂ ਚੱਲ ਸਕਦੀ ਇਹ ਗਾਹਕ ਬੜਾ ਸਿਆਣਾ ਹੋਇਆ ਪਿਆ ਕਬਰਾਂ ਆਪਣੇ ਆਪ ਡਿੱਗ ਪੈਣਗੀਆਂ ਥੋੜੇ ਚਿਰ ਤੋਂ ਬਾਅਦ ਬਾਬੇ ਆਪਣੇ ਆਪ ਨਾਨਕ ਜੀ ਦੀ ਗੱਲ ਨੂੰ ਅਡਾਪਟ ਕਰਨਗੇ ਕਿਰਤ ਕਰਨੀ ਪਹਿਲਾ ਕੰਮ ਹੈ ਨਾਨਕ ਜੀ ਦਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਤੇ ਤਿੰਨ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਪੂਜਾ ਅਕਾਲ ਦੀ ਕਰਨੀ ਬੰਦੇ ਦੀ ਪੂਜਾ ਨਹੀਂ ਕਰਨੀ ਕਬਰ ਦੀ ਪੂਜਾ ਨਹੀਂ ਕਰਨੀ ਮੂਰਤੀ ਦੀ ਪੂਜਾ ਨਹੀਂ ਕਰਨੀ ਮੜੀ ਮਸਾਣ ਦੀ ਪੂਜਾ ਨਹੀਂ ਕਰਨੀ ਪੂਜਾ ਅਕਾਲ ਦੀ ਪਰਚਾ ਸ਼ਬਦ ਗੁਰਬਾਣੀ ਦਾ ਜੇਦੀਦਾਰ ਖਾਲਸਾ ਸਾਧ ਸੰਗਤ ਦਾ ਕਰਨਾ ਰੋਜ਼ ਕਰਨਾ ਦੋ ਟਾਈਮ ਖਾਲਸੇ ਇਹ ਤੁਹਾਡਾ ਸਿਧਾਂਤ ਸੀ ਜਿੱਥੇ ਅੱਜ ਤੁਸੀਂ ਦੁਖੀ ਹੋਏ ਤੁਹਾਡੀਆਂ ਕੁੜੀਆਂ ਛੱਡੀਆਂ ਜਾਣਡੀਆਂ ਤੁਹਾਡੀਆਂ ਕੁੜੀਆਂ ਲਈ ਰਿਸ਼ਤਾ ਨਹੀਂ ਲੱਭਦਾ ਤੁਸੀਂ ਕੁੜੀ ਮੁਸਲਮਾਨ ਨੂੰ ਨਹੀਂ ਦੇਣੀ ਸਾਈ ਨੂੰ ਨਹੀਂ ਦੇਣੀ ਹਿੰਦੂ ਨਹੀਂ ਦੇਣੀ ਜੇ ਤੁਸੀਂ ਕੁੜੀ ਨਿਰੰਕਾਰੀਆਂ ਨੂੰ ਦੇਵੋਗੇ ਕਦੇ ਵੀ ਉਹਨੂੰ ਨਿਤਨੇਮ ਨਹੀਂ ਕਰਨ ਦੇਣਗੇ ਕਦੇ ਗੁਰਦੁਆਰੇ ਨਹੀਂ ਜਾਣ ਦੇਣਗੇ ਉਹਨੂੰ ਕਹਿਣਗੇ ਬੋਲ ਤਾਨੂੰ ਨਾ ਕਰ ਜੇ ਤੁਸੀਂ ਕਿਸੇ ਹੋਰ ਜਿਹੜਾ ਡੇਰੇ ਤੁਸੀਂ ਪ੍ਰਚਲਿਤ ਕੀਤੇ ਆ ਉਹਨਾਂ ਨੂੰ ਦਵੋਗੇ ਉਹਨੇ ਆਪਣਾ ਬੋਲਾ ਖੜਾ ਕਰਨਗੇ ਜੇਠੂ ਵਾਲੀ ਆਪਣਾ ਚੱਲੂਗਾ ਢੇਸੀਆਂ ਵਾਲਾ ਆਪਣੇ ਤਰੀਕੇ ਨਾਲ ਚੱਲੂਗਾ ਮੈਨੂੰ ਛੇੜੋ ਨਾ ਜਾਂ ਸਿੱਧੇ ਹੋ ਗਏ ਡੰਡੇ ਮੰਗਾ ਹੋ ਜੋ ਹਰ ਪਿੰਡ ਚ ਗੁਰਦੁਆਰਾ ਕਾਦਲੀ ਬਣਿਆ ਸੀ ਸਕੂਲ ਕਾਦਲੀ ਬਣਿਆ ਸੀ ਬੱਚੇ ਸਕੂਲ ਚ ਪਾ ਪਿੰਡ ਦੇ ਸਕੂਲ ਚ ਪਾਓ ਤੁਸੀਂ ਅੰਗਰੇਜ਼ੀ ਸਕੂਲਾਂ ਚ ਪਾ ਕੇ ਬੱਚੇ ਤੁਹਾਡੇ بڑے ਅਫਸਰ ਬਣਦੇ ਪਲੱਸ 2 ਕਰਨੇ ਨਕਲਾ ਮਾਰ ਕੇ ਫਿਰ ਵੀ ਫੀਸਾਂ ਫੂਕਦੇ ਪੂਰੀਆਂ ਤੇ ਸਰਕਾਰੀ ਮਾਸਟਰਾਂ ਨੂੰ ਫੀਸ ਅਸੀਂ ਦੇ ਰਹੇ ਹਾਂ ਤਨਖਾ ਸਾਡੇ ਟੈਕਸ ਵਿੱਚੋਂ ਤਨਖਾ ਲੈ ਰਹੇ ਸਭ ਮਾਸਟਰ 70 7000 ਤੇ ਉੱਥੇ ਤੁਹਾਡਾ ਕੋਈ ਨਿਆਣਾ ਨਹੀਂ ਤੁਸੀਂ ਦਾਖਲ ਕਰਾਇਆ ਉਹ ਸਕੂਲ ਘੇਰੋ ਸਾਰੇ ਨਿਆਣਿਆਂ ਨੂੰ ਸਕੂਲਾਂ 'ਚ ਦਾਖਲ ਕਰਾਓ ਇਹਨਾਂ ਸਕੂਲਾਂ ਵਾਲਿਆਂ ਨੂੰ ਅੱਖ ਲਾ ਜਾ ਵੀ ਲੋਕ ਜਾਗ ਪਏ ਨੇ ਹੁਣ ਐਜੂਕੇਟਿਵ ਟੀਚਰ ਰੱਖੇ ਨੇ ਇੰਟਰਵਿਊ ਲੈ ਕੇ ਟੀਚਰ ਰੱਖਿਆ ਵੀ ਬੀਐਡ ਦੇਖ ਕੇ ਟੀਚਰ ਰੱਖਿਆ ਹੋਇਆ ਉਹ ਦੂਜੇ ਪਾਸੇ ਪਲੱਸ 2 ਵਾਲੀ ਕੁੜੀ ਕੋਲ ਕੰਮ ਲਿਆ ਜਾ ਰਿਹਾ ਉਹਦਾ ਸਟਿੱਕਟੈਸ ਹੈ ਸ਼ਕਤੀ ਹੈ ਇਹ ਸਭ ਸਾਡੀਆਂ ਗਲਤੀਆਂ ਨੇ ਪਗਦਾਨਾ ਫਿਰ ਭੁਗਤਣਾ ਪੈ ਰਿਹਾ ਜੇ 100 ਕੁੜੀ ਵਿਆਹੋਂਗੇ ਤੇ ਘੱਟੋ ਘੱਟ ਜੇ 45 ਤੋਂ 50 ਕੁੜੀਆਂ ਛੱਡੀਆਂ ਜਾ ਰਹੀਆਂ ਤੁਹਾਡੀਆਂ ਆ ਤੁਹਾਡੀ ਹਾਲਤ ਹੁੰਦੀ ਜਾ ਰਹੀ ਹੈ ਰਜਗਾਰ ਤੁਹਾਡੇ ਲਈ ਕੋਈ ਨਹੀਂ ਫੈਕਟਰੀ ਤੁਹਾਡੇ ਲਈ ਕੋਈ ਨਹੀਂ ਪੰਜਾਬ ਵਿੱਚ ਤੁਹਾਡੀ ਬੱਤੀ 11 ਰੁਪਏ ਜੂੰਟ ਹਿਮਾਚਲ ਤੁਹਾਡੋਂ ਦੂਰ ਉੱਥੇ ਦੀ 2 ਰੁਪਏ ਜੂੰਟ ਬੱਤੀ ਦਿੱਲੀ ਦੀ 2 ਰੁਪਏ ਜੂੰਟ ਬੱਤੀ ਤੇ ਪੰਜਾਬ ਦੀ 11 ਰੁਪਏ ਵਿੱਚ ਜੂੰਟ ਜਿਹਦੇ ਚ ਗਊ ਟੈਕਸ ਗਊ ਸਾਡੀ ਮਾਂ ਨਹੀਂ ਹੈ ਸਾਡੀ ਮਾਂ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਹੈ ਇੱਕ ਸਾਡੀ ਮਾਂ ਮਾਤਾ ਸਾਹਿਬ ਕੋਰ ਹੈ ਇਕ ਸਾਡੀ ਮਾਨਾ ਜਿਹਨਾਂ ਸਾਨੂੰ ਜਨਮ ਦਿੱਤਾ ਹੈ ਸਾਡੀਆਂ ਤਿੰਨ ਮਾਮਾ ਨੇ ਜਿਹਨਾਂ ਚਿਰ ਸਿੱਧੇ ਨਾ ਹੋਣਗੇ ਨਾ ਤੁਸੀਂ ਆਪਣੇ ਔਲਾਦ ਨੂੰ ਕੁਝ ਦੇਣ ਜੋਗੇ ਰਹੋਗੇ ਨਾ ਪਿਛਲਿਆਂ ਦੀ ਦਸਤਾਰ ਉੱਚੀ ਚੱਕੋਗੇ ਨਾ ਇਹ ਨਿਸ਼ਾਨ ਸਾਹਿਬ ਦੀ ਤੁਹਾਡੇ ਨਿਆਣੇ ਕਦਰ ਕਰਨਗੇ ਇਹ ਜਾ ਕੇ ਹੀਰੋ ਬਣ ਲੱਗੇ ਐ ਇਹ ਸਿੰਗਰ ਬਣ ਲੱਗੇ ਹੁਣ ਇਹਨਾਂ ਨੂੰ ਕੀਰਤਨ ਨਹੀਂ ਪਸੰਦ ਆਇਆ ਅਸੀਂ ਦੱਸ ਨਹੀਂ ਸਕੇ ਕੁਝ ਵੀ ਇਸ ਕਰਕੇ ਮੋਟੀ ਮੋਟੀ ਗੱਲ ਮੈਂ ਜਿਹੜੀ ਕਰਨੀ ਹੁੰਦੀ ਹੈ ਉਹ ਤੁਹਾਡੇ ਨਾਲ ਕਰੀਬਨ ਕਰ ਦਿੱਤੀ ਹੈ ਸਲੱਖਣ ਸਿੰਘ ਜੀ ਦਾਰਾ ਸਿੰਘ ਜੀ ਆਪਣੇ ਬੜੇ ਚਾ ਨਾਲ ਸਲੱਖਣ ਸਿੰਘ ਨਾ ਸੇਰੇ ਸੂਰੇ ਉਹ ਦਿਨ ਲਾਲੇ ਹੁਣੇ ਹਜੇ ਕ ਹਸੀਂ ਨਹੀਂ ਲਾंदे ਹੋਰ ਵੀ ਉਹਦੇ ਸ਼ਗਨ ਕੀਤੇ ਹੋਣੇ ਘੋੜੀ ਤੇ ਚੜਾਇਆ ਹੋਣਾ ਨਾਲ-ਨਾਲ ਜਾਂਜੀ ਚੱਲੇ ਮੁਛਾਂ ਨੂੰ ਤਾ ਦੇ ਕੇ ਸ਼ਰਾਬ ਪੀਤੀ ਹੋਣੀ ਅਧਿਆਨੇ ਚੱਲੇ ਗਏ ਸੁਭਰਾਮਾ ਉੱਥੇ ਗੁਰੂ ਘਰ ਪੰਡਾਲ ਸੱਜਿਆ ਸੱਜੇ ਪੰਡਾਲ ਵਿੱਚ ਗ੍ਰਾਂਥੀ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਲੱਖਣ ਸਿੰਘ ਜੀ ਮੱਥਾ ਟੇਕ ਕੇ ਬੈਠ ਗਏ ਉਧਰ ਨਾਲ ਨਾਲ ਨੌਕਰੀ ਮਿਲ ਗਈ ਭਾਰਤ ਸਰਕਾਰ ਦੀ ਸੇਵਾ ਕਰਨ ਲਈ ਫੌਜੀ ਇੱਕ ਤਾਂ ਇੱਕ ਤਾਣ ਲਈ ਪਈ ਭਾਰਤ ਦੀ ਰਾਖੀ ਲਈ ਜਿਹੜਾ ਭਾਰਤ ਸਰਕਾਰ ਅੱਜ ਸਾਨੂੰ ਅਤਵਾਦੀ ਤੇ ਸਾਨੂੰ ਵੱਖਵਾਦੀ ਗਰਦਾਂ ਹੁੰਦੇ ਨੇ ਉੱਥੇ ਅਸੀਂ ਜਾ ਕੇ ਲੜੇ ਉੱਥੇ ਨੌਕਰੀ ਕੀਤੀ ਇਹ ਵੀ ਚੱਲਦਾ ਰਿਹਾ ਕੰਮ ਤੇ ਖਾਸ ਸਮੇਂ ਸਿਰ ਦਲੀਪ ਸਿੰਘ ਜੀ ਨੇ ਜਿਹੜੇ ਬੈਠੇ ਮੀਰ ਵੀਰ ਸਲੱਖਣ ਸਿੰਘ ਜੀ ਤੇ ਖੱਬੇ ਪਾਸੇ ਬੈਠੀ ਬੀਬੀ ਕਸ਼ਮੀਰ ਕੌਰ ਨਵੇਂ ਸੂਟ ਪਾਏ ਹੋਰ ਤਰੀਕੇ ਦੇ ਕੱਪੜੇ ਪਾਏ ਵੀ ਸਾਰਿਆਂ ਨੂੰ ਪਤਾ ਲੱਗਿਆ ਵੀ ਆ ਵਿਆਹ ਵਾਲੀ ਕੁੜੀ ਐ ਸਾਡੇ ਚ ਐਸੀਆਂ ਗੱਲਾਂ ਨਹੀਂ ਸੀ ਚਾਹੀਦੀਆਂ ਇਹ ਨਹੀਂ ਸੀ ਚਾਹੀਦਾ ਇਹ ਹਿੰਦੂਆਂ ਦਾ ਸਾਰਾ ਕੁਝ ਸਾਡੇ ਨਹੀਂ ਚੀਜ਼ਾਂ ਚਾਹੀਦੀ ਸਾਡੇ ਚ ਬਸ ਉਹ ਦੋ ਤਿੰਨਾਂ ਕੱਪੜਿਆਂ ਚ ਆ ਕੇ ਕੁੜੀ ਬਹਿ ਜਾਏ ਉਹਨੂੰ ਕੋਈ ਇਸ ਲਹਿੰਗਾ ਪਾਇਆ ਜਾ ਰਿਹਾ 60000 ਦਾ ਕਿਰਾਏ ਤੇ ਲੈ ਕੇ ਫੇਰ ਛੱਡੀ ਜਾ ਰਹੀ ਐ ਪੈਲਸ ਕੀਤਾ ਜਾ ਰਿਹਾ 1.5 ਲੱਖ ਦਾ ਫੇਰ ਛੱਡੀ ਜਾ ਰਹੀ ਹੈ 2-200 ਦੀ ਕਪਰ ਬੰਦੇ ਦੀ ਡਾਈਟ ਦਿੱਤੀ ਜਾ ਰਹੀ ਹੈ ਕੁੜੀ ਫੇਰ ਛੱਡੀ ਜਾ ਰਹੀ ਹੈ ਸ਼ਰਾਬ ਦੇ ਢੱਕਣ ਖੋਲੇ ਜਾ ਰਹੇ ਨੇ 5-10 ਬੱਕਰੇ ਮਾਰੇ ਜਾ ਰਹੇ ਨੇ ਕੁੜੀ ਫੇਰ ਵੀ ਛੱਡੀ ਜਾ ਰਹੀ ਹੈ ਗੱਡੀ ਦਿੱਤੀ ਜਾ ਰਹੀ ਹੈ ਮੈਂ ਛੇੜੋ ਨਾ ਮੈਨੂੰ ਉਹ ਸਵੇਂਸ ਕਸ਼ਮੀਰ ਕੋਲ ਵੀਰ ਜੀ ਦੇ ਸਲਖਣ ਸਿੰਘ ਦੇ ਖੱਬੇ ਪਾਸੇ ਬੈਠੇ ਸੱਜੇ ਪਾਸੇ ਨਹੀਂ ਬੈਠ ਸਕਦੇ ਭਾਈ ਦਲੀਪ ਸਿੰਘ ਜੀ ਉੱਠੇ ਉੱਠ ਕੇ ਸਾਰੀ ਪਰਿਆ ਵਿੱਚ ਗੁਰੂ ਜੀ ਨੂੰ ਮੱਥਾ ਟੇਕ ਕੇ ਬੜਾ ਦਿਲ ਕੱਢਿਆ ਪੱਥਰ ਵਰਗਾ ਕੀਤਾ ਆਪਣਾ ਨਰਮ ਦਿਲ ਤੇ ਸਲੱਖਣ ਸਿੰਘ ਦਾ ਪੱਲਾ ਫੜ ਕੇ ਆਪਣੀ ਬੇਟੀ ਕਸ਼ਮੀਰ ਕੌਰ ਦੇ ਹੱਥ 'ਚ ਫੜਾ ਕੇ ਸੁਰਖਰੋਜ ਪ੍ਰਾਪਤ ਕੀਤੀ ਨਮ ਅੱਖਾਂ ਨਾਲ ਅੱਖਾਂ ਗਿੱਲੀਆਂ ਹੋ ਗਈਆਂ ਵਾਪਸ ਆ ਕੇ ਆਪਣੇ ਥਾਂ ਤੇ ਬੈਠ ਗਿਆ ਉਸ ਤੋਂ ਬਾਅਦ ਲਾਵਾ ਸ਼ੁਰੂ ਹੋਈਆਂ ਜਿਹੜੀਆਂ ਲਾਵਾ 'ਚ ਪਹਿਲੇ ਕਹਿ ਦਿੱਤਾ ਗਿਆ ਹਰ ਪੈਲੜੀ ਲਾਮ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ বেদ ਧਰਮ ਦਰੜਿਓ ਪਾਪ ਤੇ ਪਾਪ ਨਹੀਂ ਕਰਨਾ ਭਾਈ ਅੱਜ ਤੋਂ ਬਾਅਦ ਕੋਈ ਧਰਮ ਦਰੜਿਓ ਪਾਪ ਤਜਾਇਆ ਬਲਰਾਮ ਜੀਓ ਉਲਾਮਾ ਸ਼ੁਰੂ ਹੋਈਆਂ ਪੰਜਾਬੀ ਚ ਬੋਲਿਆ ਗਿਆ ਵੀਰ ਜੀ ਨੇ ਸੁਣੀਆ ਭੈਣ ਕਸ਼ਮੀਰ ਕੌਰ ਨੇ ਸੁਣੀਆ ਫਿਰ ਇਹਨਾਂ ਨੂੰ ਕਿਹਾ ਗਿਆ ਉਠੋ ਪ੍ਰਕਰਮਾ ਕਰੋ ਕਿੱਧਰ ਨੂੰ ਕਰੋ ਗੁਰੂ ਜੀ ਵਾਲ ਨੂੰ ਆਪਣਾ ਸੱਜਾ ਮੋਢਾ ਰੱਖ ਕੇ ਕਰੋ ਖੱਬਾਂ ਦੇ ਪਾਸੇ ਨਹੀਂ ਚੱਲਣਾ ਹਰ ਇੱਕ ਡਿਸਪੀਲਨ ਹੁੰਦੇ ਨੇ ਦੇਗ ਤਿਆਰ ਕੀਤੀ ਹੋਈ ਸੀ ਰਮਾਲੇ ਦਿੱਤੇ ਗਏ ਗੁਰੂ ਪਾਤਸ਼ਾਹ ਨੂੰ ਹੁਣ ਬਚਨ ਕਿੰਨੇ ਕਮਾਂਦੇ ਆ ਇਹ ਮੈਨੂੰ ਨਹੀਂ ਪਤਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਵੀ ਪਤਾ ਆਪਣੇ ਬਾਦ ਦਾ ਤੁਹਾਨੂੰ ਆਪਣਾ ਦਾ ਪਤਾ ਅਗਲੀ ਬੇਨਤੀ ਹੈ ਇਸੇ ਘਰ ਵਿੱਚ ਆ ਕੇ ਇੱਕ بیٹے ਨੂੰ ਜਨਮ ਦਿੱਤਾ ਕਸ਼ਮੀਰ ਕੌਰ ਨੇ ਤੇ ਦੋ ਬੇਟੀਆਂ ਨੂੰ ਜਨਮ ਦਿੱਤਾ ਮੇਰੇ ਵੀਰ ਜੀ ਸਲੱਖਣ ਸਿੰਘ ਤਿੰਨੇ ਬਿਆਚੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਬੱਚਾ ਬਹੁਤ ਅੱਛਾ ਨਿਕਲਿਆ ਧਨ ਭਾਗ ਹੈ ਕਿਸੇ ਪਿਓ ਦੀ ਔਲਾਦ ਉਹਦਾ ਨਾ ਬਦਨਾਮ ਨਾ ਕਰੇ ਉਹਦੇ ਸਟੇਬਲ ਚਾਰ ਕਿਸਮ ਦੇ ਪੰਜ ਕਿਸਮ ਦੇ ਬੱਚੇ ਹੁੰਦੇ ਨੇ ਇਹ ਕੋ ਲੋਕ ਹੁੰਦੇ ਨੇ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਉਹ ਕਿਸੇ ਦਾ ਅਡਾਪਟ ਕਰਦੇ ਨੇ ਇਹ ਕੋ ਲੋਕ ਹੁੰਦੇ ਨੇ ਜਿਨ੍ਹਾਂ ਦੀ ਔਲਾਦ ਹੈਂਡੀਕੈਪਟ ਹੁੰਦੀ ਅੱਖਾਂ ਨਹੀਂ ਹੁੰਦੀਆਂ ਜਾਂ ਅੱਗੇ ਆ ਕੇ ਲੱਤਾਂ ਮਰ ਗਈਆਂ ਜਾਂ ਕੋਈ ਦਿਮਾਗ ਨੂੰ ਗੜਬੜ ਹੋ ਗਈ ਉਹ ਪਹਿਲੇ ਨਾਲੋਂ ਦੁਖੀ ਹੋ ਜਾਂਦੇ ਇਹ ਕੋ ਹੁੰਦੇ ਨੇ ਜਿਨ੍ਹਾਂ ਦਾ ਸਰੀਰ ਠੀਕ ਹੁੰਦਾ ਪਰ ਅਸਮੈਕ ਲੈਂਦੇ ਨੇ ਪਿਓ ਨੂੰ ਕੁੱਟਦੇ ਨੇ ਮਾਂ ਦਾ ਝਾਟਾ ਖਿਲਾਰਦੇ ਨੇ ਪੈਸੇ ਮੰਗਦੇ ਨੇ ਕੰਮ ਕੋਈ ਨਹੀਂ ਕਰਦੇ ਠਾਣੇ ੱਤਕੇ ਖਾਂਦੇ ਨੇ ਪਿਓ ਨੂੰ ਵੀ ਫੜਾਇਆ ਪੜ੍ਹੋਜੇ ਨੂੰ ਵੀ ਫੜਾਇਆ ਇਹ ਹੈ ਤੀਜੇ ਬੰਦੇ ਜਿਹਨਿ ਸਮਾਜ ਗੰਦਾ ਪਿੱਤਾ ਜਿਹਦੇ ਬਾਰੇ ਪਾਸ਼ਾ ਗੰਦੇ ਸੀ ਜਨ ਹਰ ਹਿਰਦੇ ਨਾਮ ਨੰ ਬਸਿਓ ਤਨ ਮਾਤ ਕੀਜੇ ਹਰ ਬਾਂਝਾ ਹੈ ਹਰੀ ਉਸਮਾਨ ਨੂੰ ਬਾਂਝ ਕਰ ਦੇ ਜਿਹਦੇ ਬੱਚੇ ਦੇ ਨਾਮ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਆਂਦਾ ਇਹ ਹ ਤੀਜੇ ਚੌਥੇ ਹੈ ਜਿੰਨਿ ਕ ਪਿਓ ਦੀ ਇੱਜ਼ਤ ਹੈ ਉਨਿਕੇ ਬੱਚੇ ਨਾ ਉਹਦੀ ਇੱਜ਼ਤ ਬਣਾ ਕੇ ਰੱਖੀ ਨਾ ਉਹਦੀ ਬੇਇੱਜ਼ਤੀ ਹੋਣ ਦਿੱਤੀ ਨਾ ਇੱਜ਼ਤ ਵਧਾਈ ਇਹ ਹੈਗੇ ਪੁੱਤਰ ਪਹਿਲੇ ਹੈਗੇ ਤੀਜੇ ਨੰਬਰ ਵਾਲੇ ਕੁਪੁੱਤਰ ਭੈੜੇ ਪੁੱਤ ਅੱਗੇ ਹੈ ਪੰਜਵਾਂ ਨੰਬਰ ਭਗਤ ਜਨਨੀ ਜਨ ਤੋ ਭਗਤ ਜਨ ਜਾਂ ਦਾਤਾ ਜਾਂ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਉੱਚੇ ਨਿਰਵਨ ਪਹੁੰਚਣਾ ਭਗਤੀ ਕਰਨੀ ਪਖੰਡ ਨਹੀਂ ਕਰਨਾ ਭਗਤੀ ਕਰਨੀ ਭਗਤੀ ਬਖੰਡ ਬਹੁਤ ਹੋ ਗਿਆ ਇਹ ਬੱਚਿਆਂ ਦਾ ਕੋਟਾ ਹਮੇਸ਼ਾ ਪੰਜਵੇਂ ਦਾ ਘਾਟਾਂ ਦਾ ਸੋ ਮੈਂ ਦੂਰ ਨਾ ਜਾਵਾਂ ਤਿੰਨੇ ਬੱਚੇ ਇਹਦੇ ਆਰ ਸ਼ਾਦੀ ਕੀਤੀ ਜਿਹਦੇ ਬਾਰੇ ਮੈਂ ਆਮ ਬੇਨਤੀ ਕਰਦਾ ਰਿਆਂ ਕਿ ਇੱਕ ਪਾਸੇ ਤੁਸੀਂ ਸਾਰੇ ਕਾਮਰੇਡ ਇਕੱਠੇ ਹੋ ਗਏ ਪੜ੍ਹੇ ਲਿਖੇ ਬੰਦੇ ਇਕੱਠੇ ਹੋ ਗਏ ਸ਼ਰਾਬੀ ਇਕੱਠੇ ਹੋ ਗਏ ਇਹ ਸਾਰੇ ਕਹੀ ਜਾਂਦੇ ਵੀ ਮਰ ਕੇ ਕੁਝ ਨਹੀਂ ਹੁੰਦਾ ਮੈਂ ਸਿੱਖਾਂ ਦੇ ਵਿਦਵਾਨ ਦੇਖਣ ਨਿਆ ਕਥਾ ਬਾਚਕ ਸਿੱਖ ਕੌਮ ਦੇ ਉਹ ਵੀ ਕਹਿਣ ਲੱਪੇ ਕੋਈ ਨਰਕ ਨਹੀਂ ਹੁੰਦਾ ਕੋਈ ਸੁਰਗ ਨਹੀਂ ਹੁੰਦਾ ਕੋਈ ਧਰਮਰਾਜ ਨਹੀਂ ਹੁੰਦਾ ਕੋਈ ਚਿੱਤਰਗੁਪਤ ਨਹੀਂ ਹੁੰਦਾ ਹੱਦ ਹੋ ਗਈ ਐ ਐਨੀ ਬੁੱਧੀ ਤੇ ਮਾਣ ਆਪਣੀ ਤੇ ਇੱਕ ਪਾਸੇ ਉਹ ਬਾਬਾ ਨਾਨਕ ਜਿਹੜਾ ਕੋਟ ਬ੍ਰਹਮਣ ਦਾ ਠਾਕੁਰ ਹੈ ਜਿਹੜਾ ਪਿਛਖ ਜਾਣਦਾ ਪਿਛਲਾ ਜਨਮ ਜਾਣਦਾ ਅਗਲਾ ਜਾਣਦਾ ਸਾਡੇ ਦਿਲ ਦੀਆਂ ਗੱਲਾਂ ਜਾਣਦਾ ਜਿਹੜਾ ਇਸ ਬ੍ਰਹਮਣ ਨੂੰ ਬੜਾ ਫੋਲੋ ਦੂਰ ਨੇੜੇ ਹੋ ਕੇ ਦੇਖ ਰਿਹਾ ਪੀਤੇ ਦਾ ਸੂਰਜੇ ਬਹੁਤ ਨੇ ਉਹ ਬਾਬਾ ਨਾਨਕ ਜਿਹੜੇ ਕਹਿੰਦੇ ਨੇ ਕਿਤੇ ਇੰਦ ਚੰਦ ਇੱਕ ਚੰਦ ਨਹੀਂ ਕਿਤੇ ਇੰਦ ਚੰਦ ਸੂਰ ਕਿਤੇ ਜਿਹੜਾ ਇਹ ਕਹਿ ਰਿਹਾ ਵੀ ਸੂਰਜ ਚੱਲਦਾ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਜਿਹੜਾ ਨਾਨਕ ਇਹ ਕਹਿ ਰਿਹਾ ਧਰਤੀ ਦੇ ਥੱਲੇ ਹੋਰ ਬੜੀਆਂ ਧਰਤੀਆਂ ਨੇ ਧਰਤੀ ਹੋਰ ਪਰੇ ਹੋਰ ਉਹ ਨਾਨਕ ਕਹਿ ਰਿਹਾ ਮਰਨ ਤੋਂ ਬਾਅਦ ਜੇ ਮਾੜੇ ਕੰਮ ਕਰਕੇ ਗਏ 84 ਨਰਕ ਸਾਖਤ ਪੁਗਾਈ ਐ ਜੈਸਾ ਕੀ ਚਾਹ ਤੈ ਸੋ ਪਾਈਐ ਉਹ ਨਾਨਕ ਜੀ ਕਹਿ ਰਹੇ ਨੇ ਅੰਤਰਗੁਰ ਅਰਧਣਾ ਜਿਹਵਾ ਜਪ ਗੁਰਨਾਉ ਨਿਤਰੀ ਸਤਗੁਰ ਪੇਖਣਾ ਸਰਬਣੀ ਸੁਣਨਾ ਗੁਰਨਾਉ ਸਤਗੁਰ ਛੇਤੀ ਰਤਿਆਂ ਦਰਗਹਿ ਪਾਈਐ ਦਰਗਾਹ ਜਿਹਾ ਮਿਲੇਗੀ ਅੱਜ ਅਸੀਂ ਉਹਨਾਂ ਦੇ ਬਚਨਾਂ ਨੂੰ ਅਣਮੋਲ ਬਚਨਾਂ ਨੂੰ ਇਹ ਕਦਰ ਕੀਤੀ ਹੈ ਕਿ ਗੁਰਦੁਆਰੇ ਦੇ ਵਿੱਚ ਬੰਦ ਕਰ ਦਿੱਤੇ ਸਾਰੇ ਤੇ YouTube ਆ ਖੋਲੀਆਂ ਗਨਿਆਣਿਆਂ ਨੇ ਤੇ ਹਰ ਘਰ ਵਿੱਚ ਟੀਵੀ ਲੱਗ ਗਿਆ ਮੁਸਲਮਾਨ ਤੁਹਾਡੇ ਲਾਗੇ ਕਾਦੀਆਂ 'ਚ ਬੈਠੇ ਉਹਨਾਂ ਦੀ ਕੁੜੀ ਕੋਈ ਲੰਗਾ ਸਿਰ ਕਰਕੇ ਨਹੀਂ ਜਾ ਸਕਦੀ ਉਹਨੇ ਧਰਮ ਨੂੰ ਕਿਦਾਂ ਬੰਦ ਕੇ ਰੱਖਿਆ ਤੇ ਤੁਸੀਂ ਧਰਮ ਨੂੰ ਕਿਦਾਂ ਖੁੱਲਾ ਛੱਡਿਆ ਜਿਹੜਾ ਮਰਜ਼ੀ ਦਾੜੀ ਕਟਾਏ ਜਿਹੜਾ ਮਰਜ਼ੀ ਸ਼ਰਾਬ ਪੀਏ ਜਿਹੜਾ ਮਰਜ਼ੀ ਕਬਰ ਤੇ ਜਾਏ ਜਿਹੜਾ ਮਰਜ਼ੀ ਬਾਬੇ ਦੇ ਗੋਡੇ ਤੇ ਸੰਪੀ ਜਾਏ ਉਹਨੂੰ ਵੀ ਕੁੜੀ ਦੇ ਦੋ ਇਹਨਾਂ ਨੂੰ ਕੁੜੀ ਨਾ ਦਿੰਦੇ ਇਹਨਾਂ ਦੇ ਕਦੇ ਕੋਈ ਪਾਠੀ ਜਾ ਕੇ ਪਾਠ ਨਾ ਕਰਦਾ ਇਹਨਾਂ ਨੂੰ ਆਪਣੀ ਰੋਟੀ ਤੇ ਨਾ ਸੱਦਦੇ ਪਰ ਕਦੋਂ ਜਦੋਂ ਤੁਸੀਂ 100 ਮਗਰ 90 ਹੁੰਦੇ ਜਾਂ 80 ਹੁੰਦੇ ਤੁਸੀਂ ਸਾਰੇ ਫਿਰ ਤਾਂ ਉਹਨਾਂ ਨੂੰ ਨਾਨੀ ਚੇਤੇ ਕਰਾਂਦੇ ਹੁਣ ਅਸੀਂ ਘਟਦੇ ਘਟਦੇ ਘਟ ਗਏ ਡੇਰਿਆਂ ਨਾਲ ਲੋਕ ਜੋੜਦੇ ਉੱਤੇ ਗਏ ਕੋਈ ਕਿਸੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਕਦਰ ਦਿਨ ਪ੍ਰਤੀ ਦਿਨ ਘਟ ਗਈ ਸੇਖ ਫੱਤੇ ਦੀ ਖੀਰ ਰੋਟੀ ਦੀ ਸ਼ਰਾਬ ਐਸ ਪਿੰਡ ਚ ਐ ਪਿੰਡ ਚ ਉਹ ਮਰ ਗਿਆ ਕੈਂਸਰ ਹੋ ਕੇ ਮੈਂ ਵੀ ਪਤਾ ਨਹੀਂ ਕੈਂਸਰ ਹੋ ਕੇ ਮਰਨਾ ਕਿੱਦਾਂ ਮਰਨਾ ਉਹ ਐਡਰੀ ਗੱਲ ਹੈ ਲੋਕਾਂ ਨੂੰ ਗਮਰਾਹ ਕਰਨਾ ਤੇ ਤੁਸੀਂ ਉਹ ਲੋਕ ਜਿਨ੍ਹਾਂ ਨੂੰ ਬਾਣੀ ਰੋਸ਼ਨ ਦਿੱਤੀ ਸੀ ਗੁਰਬਾਣੀ ਇਸ ਜਗ ਮੈਂ ਚਾਨਣ ਕੀਤਾ ਸੀ ਤੁਸੀਂ ਫੇਰ ਚਾਨਣ ਦੇ ਹੁੰਦਿਆਂ ਹਨੇਰੇ ਚ ਚਲੇ ਗਏ ਇਸ ਕਰਕੇ ਗੁਰੂ ਪਾਸ਼ਾ ਦੇ ਬਚਨ ਨੇ ਕਿ ਮਨਮੁਖ ਆਵੈ ਮਨਮੁਖ ਜਾਵੈ ਜਿਹਨੂੰ ਮਨਮੁਖ ਨੂੰ ਸਾਖਤ ਵੀ ਕਿਹਾ ਮਨਮੁਖ ਨੂੰ ਬੇਮੁਖ ਵੀ ਕਿਹਾ ਮਨਮੁਖ ਨੂੰ ਹੋਰ ਵੀ ਸ਼ਬਦਾਵਲੀ ਗੁਰੂ ਪਾਸ਼ਾ ਦੇ ਵਰਤੀ ਹੋਏਗੀ ਛਤਾਨ ਵੀ ਕਿਹਾ ਹੋਏਗਾ ਜੋ ਛਤਾਨ ਬਨਜਾਇਆ ਜੀ ਗੁਰਮੁਖ ਨੂੰ ਗੁਰਮੁਖ ਵੀ ਕਿਹਾ ਗੁਰਸਿੱਖ ਵੀ ਕਿਹਾ ਤੇ ਸੰਮੁਖ ਵੀ ਕਿਹਾ ਜਨਮ ਵੀ ਕਿਹਾ ਭਗਤ ਵੀ ਕਿਹਾ ਹੋਗਾ ਸਾਧ ਵੀ ਕਿਹਾ ਹੋਏਗਾ ਕਿਹਾ ਗੁਰਸਿੱਖ ਨੂੰ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਉਹ ਸਿੱਖੀ ਕਾਮ ਕੀਤੀ ਸਾਰਿਆਂ ਨੂੰ ਜੋੜਿਆ ਜਾਤਾਂ ਪਾਤਾਂ ਮਕਾਈਆਂ ਇੱਕ ਜਕਾਰਾ ਦਿੱਤਾ ਇਹ ਪੰਜ ਕਕਾਰੀ ਰਹਿਤ ਦਿੱਤੇ ਇੱਕ ਗੁਰੂ ਗ੍ਰੰਥ ਸਾਹਿਬ ਦਿੱਤੇ ਇੱਕ ਅਮੀਰ ਬਿਰਸਾ ਦਿੱਤਾ ਅਰਦਾਸ ਵਿੱਚ ਕੋਸੇ ਦੀ ਐਦਾਂ ਦੀ ਅਰਦਾਸ ਨਹੀਂ ਜਿਹੜੇ ਪਛੋਕਰ ਸਾਰਾ ਫੋਲਦੀ ਹੋਏ ਜਿਹਨੇ ਨਾਮ ਜਪਿਆ ਬਣ ਛਕਿਆ ਧਰਮ ਹਿਤ ਸੀਸ ਦਿੱਤੇ ਦੇਖ ਚਲਾਈ ਤਾਂ ਕਿ ਤੁਹਾਨੂੰ ਚੇਤਾ ਰਹੇ ਵੀ ਤੁਸੀਂ ਔਲਾਦ ਕਿਹਨਾਂ ਦੀਆਂ ਸ਼ਰਾਬੀਆਂ ਦੀਆਂ ਕਿ ਉਹਨਾਂ ਦੇ ਲੋਕਾਂ ਦੀਆਂ ਔਲਾਦਾਂ ਤੁਸੀਂ ਤੇ ਮੰਗ ਮੰਗੀ ਗਈ ਰੋਜ਼ ਦੋ ਟਾਈਮ ਹੇ ਗੁਰੂ ਪਾਛਾ ਆਪਣੇ ਸਿੱਖਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਣਾ ਅੱਗ ਨਹੀਂ ਲਾਣੀ ਬਚਾਣਾ ਇੱਥੇ ਅੱਗ ਲਾਈ ਗਈ ਇਹਨਾਂ ਚੀਜ਼ਾਂ ਨਾਲ ਤਾਂ ਬਾਬਾ ਜੀ ਨੂੰ ਕਹਿਣਾ ਪਿਆ ਕਿ ਸੱਚ ਕਾਲ ਕੂੜ ਵਰਤਿਆ ਕਲ ਕਲਖ ਬੇਤਾਲ ਇਹ ਬੇਤੇ ਹੈ ਬੇਤਾਲੇ ਹੋ ਚੁੱਕੇ ਨੇ ਲੋਕ ਨੇ ਅਗਲੀ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰਨ ਮੈਂ ਹੁਣ ਆਪ ਜੀ ਦਾ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਮੈਂ ਕਿਸੇ ਰਝਾਨ ਵਿੱਚ ਹੈ ਤੇ ਮੈਂ ਵੀ ਬੇਨਤੀ ਕਰਦਾ ਹੁਣਾ ਵੀ ਹੁਣ ਤੁਸੀਂ ਜੇ ਦੋ ਇਕੱਲਾ ਮੈਂ ਸ਼ਦਾਈ ਹੋ ਕੇ ਇਦਾਂ ਨਹੀਂ ਕਰਦਾ ਮੈਨੂੰ ਸ਼ਦਾਈ ਹੋਈ ਨੇ 22 ਸਾਲ ਹੋ ਗਏ ਕੁਝ ਲੋਕ ਮੇਰੇ ਤੇ ਸ਼ੱਕ ਕਰਦੇ ਨੇ ਵੀ ਸ਼ਾਦੀ ਦਾ ਚ ਬਾਬਾ ਚ ਘੁੰਮਣ ਵਾਲਾ ਬੜ ਗਿਆ ਮੈਂ ਸਾਰੀ ਸੰਗਜ ਹੱਥ ਜੋੜ ਕੇ ਕਹਿੰਦਾ ਮੇਰੇ ਚ ਕੋਈ ਬਾਬਾ ਜੀ ਨਹੀਂ ਬੜੇ ਮੈਂ ਬਹੁਤ ਗੰਦਾ ਆ ਮੈਂ ਬੜਾ ਕਿਰਤ ਕਾਨਾ ਮੈਂ ਬੜਾ ਨਿਸ਼ੁਕਰ ਆ ਮੈਂ ਬਹੁਤ ਹੀ ਪਲੀਤ ਬੰਦਾ ਆ ਮੇਰੇ ਚ ਨਹੀਂ ਉਹ ਬੜ ਸਕਦੇ ਐਸੀ ਸ਼ਕਸ਼ੀਤ ਮੇਰੇ ਚ ਨਹੀਂ ਬੜ ਸਕਦੀ ਐਨੇ ਗੰਦੇ ਬੰਦੇ ਚ ਬੜ ਜਾਊਗਾ ਗਮਰਾ ਨਾ ਹੋ ਕਿਸੇ ਗੱਲ ਚ ਬੈ ਸਭ ਸਿੱਖਨ ਕੋ ਹੁਕਮ ਹੈ ਬਾਣੀ ਗੁਰੂ ਜਦੋਂ ਗੁਰੂ ਨਾਨਕ ਨਹੀਂ ਸਿ ਆਏ ਲੋਕ ਉਦੋਂ ਵੀ ਇਸ ਵਰਗ ਨੂੰ ਜਾਂਦੇ ਹੋਣਗੇ ਮੈਂ ਨਹੀਂ ਕਹਿੰਦਾ ਪਰ ਲੋਕ ਇਕੱਠੇ ਹੋ ਕੇ ਆਜ਼ਾਦੀ ਦਾ ਨਿਗ ਨਹੀਂ ਮਾਣ ਪਾਏ ਤੁਸੀਂ ਇਕੱਠੇ ਕੀਤੇ ਗਏ ਤੁਸੀਂ ਇੱਥੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ ਜਦੋਂ ਇਕੱਠੇ ਹੋਏ ਉਦੋਂ ਤੁਹਾਡਾ ਖਾਲਸਾ ਰਾਜ ਬਣਿਆ ਅੱਜ ਉਹ ਖਾਲਸਾ ਰਾਜ ਤੁਹਾਡੇ ਕੋਲ ਕੱਖ ਨਹੀਂ ਹੈ ਤੁਹਾਡੇ ਕੋਲ ਆਪਣੇ ਪਿੰਡਾਂ ਵਿੱਚ ਵੀ ਰਾਜ ਨਹੀਂ ਹੈ ਉਹ ਪਿੰਡਾਂ ਵਿੱਚ ਵੀ ਤੁਸੀਂ ਵਿਰੋਧਤਾ ਖੜੀ ਕੀਤੀ ਹੈ ਇਕੱਠੇ ਕਰੋ ਆਪਣੇ ਪਿੰਡ ਨੂੰ ਪਿੰਡ 'ਚ ਜਿਹੜਾ ਬੰਦਾ ਨਸ਼ਾ ਵੇਚਦਾ ਸਮੈਕ ਵੇਚਦਾ ਸ਼ਰਾਬ ਵੇਚਦਾ ਉਹਦਾ ਘਰ ਘੇਰੋ ਪੁਲਿਸ ਨਾ ਨਹੀਂ ਕੁਝ ਵੀ ਕਰਨਾ ਨਾ ਇਹ ਰਾਜਨੀਤਿਕ ਬੰਦਿਆਂ ਨੇ ਕੁਝ ਕਰਨਾ ਉਹਨਾਂ ਨੂੰ ਵੋਟਾਂ ਦੀ ਲੋੜ ਪਈ ਹੈ ਉਹਨਾਂ ਨੂੰ ਸ਼ਰਾਬ ਦੀ ਬੰਦ ਕਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੂੰ ਵੋਟਾਂ ਚਾਹੀਦੀਆਂ ਤੁਹਾਡੇ ਬੁੱਧੂਆਂ ਦੀ ਤੇ ਸ਼ਰਾਬ ਪੀਵਾਂਗੇ ਤੇ ਬੁੱਧੂ ਬਣਾਂਗੇ ਜਿਹੜਾ ਵੀ ਬੰਦਾ ਸ਼ਰਾਬ ਪੀਏਗਾ ਹਿੰਦੂ ਮੁਸਲਮਾਨ ਛਾਈ ਕੋਈ ਵੀ ਨਸ਼ਾ ਲਏਗਾ ਨਾ ਉਹਦੀ ਸਿਹਤ ਠੀਕ ਰਹੇਗੀ ਸ਼ਰਾਬ ਦੇ ਉੱਤੇ ਲਿਖ ਦਿੱਤਾ ਪੀਣਾ ਸਿਹਤ ਲਈ ਹਾਨੀਕਾਰਕ ਬੁੱਧੂ ਨਾ ਬਣੋ ਦੁੱਧ ਪਿਓ ਖੂਨ ਬਣੂਗਾ ਸ਼ਰਾਬ ਪੀਓਗੇ ਖੂਨ ਛੜੂ ਗਾਹ। ਛੇਤ ਦੁਨੀਆ ਤੇ ਬਹੁਤ ਵੱਡੀ ਚੀਜ਼ ਹੈ। ਹਜੇ ਮੇਰਾ ਭਰਾ ਸ਼ਰਾਬ ਨਹੀਂ ਸੀ ਪਿੰਦਾ ਫੇਰ ਵੀ ਉਹਨੂੰ ਸਾਧ ਦੀ ਬਿਮਾਰੀ ਲੱਗੀ। ਤੇ ਜਿਹੜਾ ਸ਼ਰਾਬ ਪੀਊਗਾ ਤੇ ਗੁਰਦੇ ਤੇ ਜਿਗਰ ਬਹੁਤ ਛੇਤੀ ਡੈਮੇਜ ਹੋ ਜਾਏਗਾ। ਇਸ ਕਰਕੇ ਸ਼ਰਾਬ ਕੋਈ ਵੀ ਨਸ਼ਾ ਪੀਪ ਸ਼ਰਾਬ ਮੈਂ ਤਾਂ ਬਾਰ ਬਰੂ ਦਾ ਨਾਂ ਲੈ ਰਿਹਾ ਵੀ ਪੰਜਾਬ ਸਰਕਾਰ ਵੱਲੋਂ ਅਥਰਾਇਜ਼ ਕੀਤੀ ਗਈ ਵੀ ਪੰਜਾਬ ਦੇ ਲੋਕ ਸ਼ਰਾਬ ਪੀ ਸਕਦੇ। ਪੰਜਾਬ ਦੇ ਲੋਕ ਕੱਢ ਕੇ ਨਹੀਂ ਪੀ ਸਕਦੇ ਪਿੰਡਾਂ ਚੋਂ ਜਿਹੜੀ ਕੱਢ ਰਹੇ ਨੇ ਸੁਆਕ ਨਹੀਂ ਲੈ ਸਕਦੇ ਜਿਹੜੇ ਲੈ ਰਹੇ ਨੇ ਕੈਪਸੂਲ ਨਹੀਂ ਖਾ ਸਕਦੇ ਜਿਹੜੇ ਖਾ ਰਹੇ ਨੇ ਫੁੱਕੀ ਨਹੀਂ ਖਾ ਸਕਦੇ ਖਾ ਰਹੇ ਨੇ ਫੀਮ ਨਹੀਂ ਖਾ ਸਕਦੇ ਪੰਜਾਬ ਦੇ ਲੋਕ ਕਾਨੂੰਨ ਹੈ ਇਹ ਚੀਜ਼ਾਂ ਨਹੀਂ ਇੱਥੇ ਪੰਜਾਬ ਚੱਲ ਸਕਦੀਆਂ ਕੀ ਚੱਲ ਸਕਦੀ ਡਿਸਟਿਲਡ ਅਲਕੋਹਲ ਜਿਹੜੀ ਪੰਜਾਬ ਦੀ ਮਨਜ਼ੂਰਸ਼ੁਦਾ ਕੰਪਨੀ ਚੋਂ ਅਲਕੋਹਲ ਸ਼ਰਾਬ ਬਣ ਕੇ ਆਈ ਹੈ ਹਰਿਆਣੇ ਦੀ ਨਹੀਂ ਹਿਮਾਚਲ ਦੀ ਨਹੀਂ ਜੁਪੀ ਦੀ ਨਹੀਂ ਪੰਜਾਬ ਦੀ ਸ਼ਰਾਬ ਜਿਹੜੀ ਖਾਸੇ ਤੋਂ ਨਿਕਲੀ ਐ ਉਹ ਪੰਜਾਬ ਵਿੱਚ ਵੇਚੀ ਜਾ ਸਕਦੀ ਐ ਇਹ ਦਿੱਤਾ ਤੇ ਉੱਤੇ ਲਿਖ ਦਿੱਤਾ ਬੁੱਧੂ ਬਣਾਉਣ ਵਾਸਤਾ ਪੀਣਾ ਸੇਤ ਲਈ ਫਿਰ ਪਹਿਲਾਂ ਨਸ਼ੇ ਦੇ ਦਿੱਤੇ ਫਿਰ ਨਸ਼ੇ ਕੇਂਦਰ ਖੋਲ ਦਿੱਤੇ ਜੇ ਸਾਨੂੰ ਅਕਲ ਹੁੰਦੀ ਅਸੀਂ ਕੋਈ ਵੀ ਬੰਦਾ ਕਦੇ ਭੁੱਲ ਕੇ ਵੀ ਗੁਰੂ ਦੇ ਬਚਨਾਂ ਦੀ ਪਾਲਣਾ ਕਰਦੇ ਸਾਰੇ ਦੇ ਸਾਰੇ ਨਸ਼ਾ ਨਾ ਲੈਂਦੇ ਤੇ ਠੇਕੇ ਕੱਲਦੇ ਇਹਦੇ ਸਰਕਾਰ ਦੇ ਠੇਕੇ ਚੱਲਦੇ ਕਾ ਫੇਲ ਹੁੰਦੇ ਉਹ ਚੱਲਦੇ ਕਾ ਫੇਲ ਹੁੰਦੇ ਪੈਸਾ ਬਰਬਾਦ ਕਰ ਦੇਣਾ ਇੱਜ਼ਤ ਪੈਰਾਂ 'ਚ ਰੋਲ ਦੇਣੀ ਐ ਸੇਤ ਖਰਾਬ ਕਰ ਦੇਣੀ ਐ ਤੇ ਘਰ ਚ ਕਲੇਸ਼ ਪਾ ਦੇਣਾ ਆਸ਼ਰਾਬ ਜਵਾਨੀ ਦਾ ਨਸ਼ਾ ਔਲਾਦ ਦਾ ਨਸ਼ਾ ਜਾਇਦਾਦ ਦਾ ਨਸ਼ਾ ਪਰਿਵਾਰ ਦਾ ਨਸ਼ਾ ਗੁਰੂ ਦਾ ਬਹੁਤ ਵੱਡਾ ਨਸ਼ਾ ਇੰਨੇ ਨਸ਼ੇ ਛੱਡ ਕੇ ਹੋਰ ਵੀ بڑے ਨਸ਼ੇ ਨੇ ਰਤਬਿਆਂ ਦਾ ਨਸ਼ਾਇਆ ਮੈਂ ਡੀਸੀ ਲੱਗਿਆ ਮੈਂ ਥਾਣੇਦਾਰ ਲੱਗਿਆ ਪਰ ਇੰਨੀ ਬੇਈਮਾਨੀ ਕਰਦੇ ਨੇ ਇਨੀ ਚਿੱਤੇ ਨਹੀਂ ਰਿਹਾ ਇਹਨਾਂ ਨੂੰ ਵੀ ਸਾਡਾ ਵੀ ਲੇਖਾ ਹੋਣਾ ਲੇਖਾ ਰੱਬ ਸਬਨਾ ਕਾ ਦਰ ਇਥੇ ਸਬਨਾ ਦਾ ਸ਼ਬਦ ਵਰਤਦਾ ਬਾਬਾ ਨਾਨਕ ਸਬਨਾ ਕਾ ਦਰ ਲਿਖਾ ਹੋਇਆ ਸਬਨਾ ਦਾ ਸਿਰਫ ਮਨੁੱਖ ਜੁਨੀ ਦਾ ਚਾਹੇ ਮੁਸਲਮਾਨ ਹੈ ਚਾਹੇ ਸਾਈ ਹੈ ਸਾਰੇ ਕਹ ਰਹੇ ਸਬਨਾ ਕਾ ਦਰ ਲਿਖਾ ਹੋਇਆ ਅਗਲੀ ਪੰਕਤੀ ਲਿਖਦੇ ਕਰਣੀ ਬਾਜੋ ਤਰੇ ਨਾ ਕਰਣੀ ਚੰਗੇ ਕਰਤੂਤ ਤੋਂ ਬਿਨਾ ਕੋਈ ਤਰ ਨਹੀਂ ਸਕਦਾ ਐਸੀ ਸੋਚ ਦਿੱਤੀ ਹੋਈ ਉਸ ਬਾਬਾ ਨਾਨਕ ਨੇ ਜਿੱਦ ਤੋਂ ਅਸੀਂ ਸਿੱਖ ਰਾਜ ਸਥਾਪਿਤ ਕੀਤਾ ਅਸੀਂ ਇਕੱਠੇ ਹੋਏ ਦੁਨੀਆ ਸਾਡੇ ਆਛਾ ਸ਼ਕਾਰ ਉੱਠੀ ਡਬਲ ਜਿਹੜਾ BBC ਲੰਡਨ ਹੈ ਉਹਨਾਂ ਸਰਵੇਖਣ ਕੀਤਾ ਸਾਰੇ ਵਰਲਡ ਦਾ ਕਿ ਸਭ ਤੋਂ ਵਧੀਆ ਰਾਜ ਭਾਗੀ ਦਾ ਹੋਇਆ ਤੇ ਤੁਹਾਡੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ ਇਸ ਖੱਤੇ ਸਭ ਤੋਂ ਵਧੀਆ ਹੋਇਆ ਚਾਹ 50 ਸਾਲ ਹੋਇਆ ਦੁਖੀ ਕਰਕੇ ਪੈਸਾ ਨਹੀਂ ਇਕੱਠਾ ਕੀਤਾ ਲੋਕੀ ਪਿਆਰ ਨਾਲ ਉਹਦੀ ਇੱਜ਼ਤ ਕੀਤੀ ਹੈ ਜਾਤਾਂ ਦੀ ਪਰਵਾਹ ਨਹੀਂ ਕੀਤੀ ਹਰ ਬੰਦੇ ਨੂੰ ਬਰਾਬਰ ਰਤਬਾ ਦਿੱਤਾ ਆਪਣੇ ਰਾਜ ਭਾਗ ਵਿੱਚ ਮੁਸਲਮਾਨ ਦੀ ਇੱਜ਼ਤ ਕੀਤੀ ਅੰਗਰੇਜ਼ ਦੀ ਇੱਜ਼ਤ ਕੀਤੀ ਹਿੰਦੂ ਦੀ ਇੱਜ਼ਤ ਕੀਤੀ ਧਰਮ ਦੇ ਨਾਂ ਤੇ ਕਿਸੇ ਨੂੰ ਪਿੱਛੇ ਨਹੀਂ ਕੀਤਾ ਅੱਜ ਤੁਸੀਂ ਉਹ ਰਾਜ ਦੇ ਮਾਲਕ ਹੋ ਅੱਜ ਤੁਸੀਂ ੱੱਕੇ ਖਾਂਦੇ ਹੋ ਗਲੀਆਂ ਵਿੱਚ ਸ਼ਰਾਬ ਪੀ ਪੀ ਕੇ ਪੱਗਾਂ ਡਿੱਗੀਆਂ ਹੋਣ ਜਿਹੜੀ ਦਸਤਾਰ ਸਾਡੀ ਦੁਨੀਆ 'ਚ ਦਸਤਾਰ ਹੁੰਦੀ ਹੈ ਸਿੱਖਾਂ ਦੀ ਹਿੰਦੂਆਂ ਦੀ ਟੋਪੀ ਕਿਸ਼ਤੀ ਵਰਗੀ ਆ ਕੇਜਰੀਵਾਲ ਵਰਗੀ ਨਹਿਰੂ ਵਰਗੀ ਗਾਂਧੀ ਵਰਗੀ ਮੁਸਲਮਾਨਾਂ ਦੀ ਟੋਪੀ ਉੱਤੋਂ ਗੋਲ ਹੁੰਦੀ ਹੈ ਅੰਗਰੇਜ਼ ਦਾ ਹੈਟ ਹੁੰਦਾ ਤੇ ਸਿੱਖਾਂ ਦੀ ਦਸਤਾਰ ਹੁੰਦੀ ਹੈ ਦਸਤਾਰ ਤਦੇ ਸੋਹਣੀ ਲੱਗਦੀ ਐ ਥੱਲੇ ਦਾੜਾ ਪ੍ਰਕਾਸ਼ ਹੋਏ ਰੱਬ ਦੀ ਸ਼ਕਲ ਐ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਢੋਈ ਨਾ ਲਹੈ ਕਾਫਰ ਕੁੱਤਾ ਸ਼ੈਤਾਨ ਬਹੁਤ ਕੁਛ ਐ ਤਗੜੇ ਹੋ ਆਪਣੀ ਸਿੱਖੀ ਨੂੰ ਸੰਭਾਲੋ ਔਰ ਇੱਕ ਦੂਜੇ ਦਾ ਜ ਕਰਨਾ ਭਲਾ ਕਰੋ ਜੇ ਭਲਾ ਨਹੀਂ ਕਰਨਾ ਤੇ ਕਦੇ ਵੀ ਕਿਸੇ ਦਾ ਬੁਰਾ ਨਾ ਕਰਿਓ ਬੋਲਣਾ ਤੇ ਸੱਚ ਬੋਲੋ ਝੂਠ ਦਾ ਪਲੜਾ ਛੱਡ ਦਿਓ ਕੂੜ ਨਖੁੱਟੇ ਨਾਨਕਾ ਔੜਕ ਸੱਚ ਨਹੀਂ ਸੱਚ ਨਾ ਜਿਤਨਾ ਹੈ ਤੇ ਝੂਠ ਨਾ ਹੈ ਹੀ ਨਹੀਂ ਝੂਠ ਕੋਈ ਚੀਜ਼ ਕਰੈਕਟਰ ਉੱਚੇ ਰੱਖੋ ਦੇਖ ਪਰਾਈਆਂ ਚੰਗੀਆਂ ਮਾਮਾ ਪੈਣਾ ਤੀਆਂ ਜਾਣੋ ਬੰਦ ਗੰਦੇ ਗਾਣੇ ਸੁਣੋ ਪਿੰਡਾਂ ਚ ਚੀਜ਼ਾਂ ਬੰਦ ਕਰ ਦਿਓ ਕੋਈ ਮੁਸਲਮਾਨ ਦੇ ਘਰ ਚ ਡਿਜਾਨੀ ਵਜਦਾ ਇਹ ਹੁੰਦੀ ਕੁਦਰਤ ਦਾ ਨਿਜਮ ਜੋ ਤੁਸੀਂ ਇਨਪੁਟ ਕਰਦੇ ਆ ਉਹ ਤੁਹਾਡੀ ਆਉਟਪੁਟ ਹੁੰਦੀ ਇਨਪੁਟ ਦੇ ਦੋ ਸੈਂਟਰ ਬਹੁਤ ਧੜਾ ਧੜ ਕੰਮ ਕਰ ਰਹੇ ਨੇ ਅੱਖਾਂ ਤੇ ਕੰਨ ਜੋ ਇਹਨਾਂ ਚ ਪਾਈ ਜਾਂਦੇ ਉਦਾਂ ਦਾ ਤੁਸੀਂ ਬਣੀ ਜਾਂਦੇ ਤੇ ਇਸ ਕਰਕੇ ਤੁਹਾਨੂੰ ਕਿਹਾ ਸੀ ਕੇ ਅੰਤਰਗੁਰ ਜੇ ਬਾ ਜਪਗੁਰ ਕਿੱਦਾਂ ਵਰਤਣੀ ਹੈ ਜबान ਗਾਲੀਆਂ ਤੇ ਵਰਤਣੀ ਹੈ ਕੇ ਨਾਮ ਤੇ ਵਰਤਣੀ ਹੈ ਜੇ ਬਾ ਜਪਗੁਰ ਫਿਰ ਅੱਖਾਂ ਕਿੱਥੇ ਵਰਤਣੀਆਂ ਨੇਤਰ ਹੀ ਸਾਧਗਨ ਸੰਗਤ ਦੇ ਦਰਸ਼ਨ ਕਰਨੇ ਗੁਰਧਾਮਾਂ ਦੇ ਦਰਸ਼ਨ ਕਰਨੇ ਚੰਗੇ ਗੁਰਸਿੱਖਾਂ ਦੇ ਦਰਸ਼ਨ ਕਰਨੇ ਮੈਂ ਨਹੀਂ ਕਹਿੰਦਾ ਸਰਵਣੀ ਸੁਣਨਾ ਗੰਦੇ ਗਾਣੇ ਨਹੀਂ ਸੁਣਨੇ ਫਿਲਮੀ ਗਾਣੇ ਨਹੀਂ ਸੁਣਨੇ ਜਿਹੜੀ ਸਾਡੀ ਬੁੱਧੀ ਨੂੰ ਚੱਕਰਤ ਕਰ ਦਿੰਦੇ ਨੇ ਉਹ ਸੁਣਨੇ ਜਿਦਾਂ ਸਾਡਾ ਖਲਾਕ ਜੀਬ ਨੂੰ ਉੱਚਾ ਹੋਣੀ ਕੌਮ ਦਾ ਪਿਆਰ ਤੁਹਾਡੇ ਚ ਕੱਟ ਗਿਆ ਕੌਮੀ ਪਿਆਰ ਹੋਣਾ ਚਾਹੀਦਾ ਮੈਂ ਇਸ ਧਰਤੀ ਤੇ ਆ ਕੇ ਆਪਣੀ ਸਿੱਖ ਕੌਮ ਬਣ ਲਈ ਤੇ ਮੈਂ ਭਾਰਤੀ ਹਾਂ ਮੈਂ ਭਾਰਤ ਨੂੰ ਸਾਰਾ ਟੈਕਸ ਕਟਾਇਆ ਪਰ ਮੈਂ ਜਿੱਥੇ ਪੰਜਾਬੀ ਹਾਂ ਉੱਥੇ ਮੈਂ ਪੰਜਾਬੀ ਹਾਂ ਤੇ ਜਿੱਥੇ ਮੈਂ ਸਿੱਖ ਹਾਂ ਉੱਥੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਮੈਂ ਇਸ ਕੌਮ ਵਾਸਤੇ ਕੀ ਕੀਤਾ ਆਪਣੇ ਬੱਚਿਆਂ ਵਾਸਤਾ ਕੋਠੀ ਬਣਾਤੀ ਹੈ ਦੇਸ਼ ਵਾਸਤਾ ਟੈਕਸ ਕਟਾ ਦਿੱਤਾ ਜੋ ਵੀ ਚੀਜ਼ ਖਰੀਦੀ ਉਹਦਾ ਟੈਕਸ ਭਾਰਤ ਸਰਕਾਰ ਨੂੰ ਦੇ ਦਿੱਤਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੁਣ ਰਹੀ ਗੱਲ ਕੌਮ ਦੀ ਕੌਮ ਬੱਚਾ ਮੈਂ ਕੀ ਕੀਤਾ ਕਦੇ ਸੋਚਿਆ ਵੀ ਹੈ ਵੀ ਮੇਰੀ ਕੋਈ ਕੌਮ ਹੈ ਕਦੇ ਸੋਚਿਆ ਵੀ ਹੈ ਵੀ ਕੌਮ ਦੁਨੀਆ ਤੇ ਰਹਿਣੀ ਚਾਹੀਦੀ ਕਿ ਮੁੱਕਣੀ ਚਾਹੀਦੀ ਹੈ ਜੇ ਰਹਿਣੀ ਚਾਹੀਦੀ ਤੇ ਇਹਦਾ ਚ ਮੇਰਾ ਕੀ ਕਰਤੱਬ ਹੈ ਮੇਰੇ ਗਵਾਂਢੀ ਦਾ ਕੀ ਕਰਤੱਬ ਹੈ ਮੇਰੀ ਘਰ ਦਾ ਜੀ ਦਾ ਕੀ ਕਰਤੱਬ ਹੈ ਮੇਰੀ ਜੋ ਆਈ ਦਾ ਕੀ ਕਰਤੱਬ ਹੈ ਮੇਰੇ ਬੱਚੇ ਮੇਰੇ ਚਾਚੇ ਦਾ ਕੀ ਕਰਤੱਬ ਇਹ ਤੁਸੀਂ ਸੋਚਣਾ ਸੀ ਬਿੱਲੇ ਬਹਿ ਕੇ ਸੋ ਗੁਰੂ ਪਾਤਸ਼ਾਹ ਰਹਿਮਤ ਕਰਨ ਬਹੁਤ ਸੋਹਣਾ ਜ਼ਿੰਦਗੀ ਬਤੀਤ ਕਰਕੇ ਗਏ ਨੇ ਜਾਣਾ ਤਾਂ ਸਾਰਿਆਂ ਨੇ ਆ ਰਹਿਣ ਦਾ ਕਿਸੇ ਨੇ ਨਹੀਂ ਅਸਾਂ ਵੀ ਉੱਥੇ ਜਾਣਾ ਜਿਸ ਕਾ ਕੀਆ ਤਨਹੀਂ ਹੋ ਉਲਿਆ ਹੋਆ ਤਿਸੇ ਕ ਇਹ ਪਾਣਾ ਸਿੱਖਾਂ ਚ ਖੁਸ਼ੀ ਵੀ ਪਾਣੇ ਵਿੱਚ ਐ ਗਮੀ ਵੀ ਪਾਣੇ ਵਿੱਚ ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ ਨਗਰਾਂ ਚ ਇਕੱਠੇ ਹੋ ਗੁਰਦੁਆਰਿਆਂ ਚ ਇਕੱਠੇ ਹੋ ਆਪਣੇ ਗੁਰੂ ਦੇ ਬਚਨਾਂ ਨੂੰ ਯਾਦ ਕਰੋ ਐਵੇਂ ਉਹਦੇ ਬਚਨ ਆ ਬਚਨ ਐ ਛੱਡਣ ਨਾਲ 52 ਬਚਨ ਗੁਰੂ ਗੋ ਕਲਵੀ ਧਰਦੇ ਆ ਹਜ਼ੂਰ ਸਾਹਿਬ ਤੋਂ ਉਹਨਾਂ ਨੂੰ ਫੋਲੋ ਕਰੋ ਇਸ ਸਾਰੀ ਜਿਹੜੀ ਕੈਟਾਗਰੀ ਹੈ ਸਿੱਖ ਪੰਥ ਦੀ ਇਹ ਉਹਨਾਂ ਨਾਲ ਹੀ ਜੁੜੀ ਹੋਈ ਉਹਨਾਂ ਨੇ ਸਾਨੂੰ ਬਖਸ਼ਿਸ਼ ਦੇ ਕੇ ਸਿੰਘ ਤੇ ਕੌਲ ਪਾਦੀਆਂ ਦਿੱਤੀਆਂ ਉਹਨਾਂ ਨੇ ਸਾਨੂੰ ਦੁਨੀਆ ਦੀ ਮਾਂ ਲਾ ਮਸਾਲ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਬੱਚਿਆਂ ਨੂੰ ਪਿੱਛੇ ਕਰਕੇ ਅੱਜ ਫੇਰ ਇਸੇ ਕਲ ਚ ਜਿਹੜੇ ਬੰਦੇ ਰਹਿ ਗਏ ਪਿਰਥੀ ਵਰਗੇ ਅੱਜ ਫੇਰ ਉਹ ਸਿੱਖਾਂ ਦੇ ਗੁਰੂ ਬਾਣ ਨੂੰ ਲਟਕਿਆ ਜੇ ਤੁਸੀਂ ਸਿਆਣੇ ਹੁੰਦੇ ਤਾਂ ਤੁਸੀਂ ਕਦੇ ਵੀ ਜੇ ਗੁਰੂ ਨਾ ਪਿਰਥੀ ਇਹਨੂੰ ਮੱਥੇ ਨਹੀਂ ਲੱਗਣ ਦਿੱਤਾ RAM RAJ ਨੂੰ ਮੱਥੇ ਨਹੀਂ ਲੱਗਣ ਦਿੱਤਾ ਤੇ ਤੁਸੀਂ ਵੀ ਕਿਸੇ ਪਖੰਡੀ ਨੂੰ ਕਦੇ ਮੱਥੇ ਨਾ ਲੱਗਦੇ ਉਹਦੇ ਉਹਨੂੰ ਚੇਤਾ ਕਰਾ ਦਿੰਦੇ ਵੀ ਅਸੀਂ ਅਕਲ ਆ ਗਈ ਸਾਨੂੰ ਹੁਣ ਤੇਰੇ ਸਿੱਖ ਨਹੀਂ ਅਸੀਂ ਸਿੱਖ ਹੈਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੋ ਗੁਰੂ ਪਾਤਸ਼ਾਹ ਰਹਿਮਤ ਕਰਨ ਸਾਡੇ ਨਗਰਾਂ 'ਚ ਸੁੱਖ ਸ਼ਾਂਤੀ ਦਾ ਮਾਹੌਲ ਪੈਦਾ ਹੋਏ ਸਿਰਫ ਤੁਹਾਡੀ ਅਕਲ ਨਾਲ ਜੁੜਿਆ ਮਸਲਾ ਆ ਹੋਰ ਕਿਸੇ ਗ੍ਰੰਥ ਨਾਲ ਨਹੀਂ ਵਸਲਿਆ ਜੇ ਅਕਲ ਤੁਹਾਡੀ ਸਿੱਧੇ ਰਾਸਤੇ ਚੱਲ ਪਊਗੀ ਤੇ ਤੁਹਾਡਾ ਸਮਾਜ ਚੰਗਾ ਹੋਏਗਾ ਤੁਹਾਡੇ ਬੱਚਿਆਂ ਦੀ ਇੱਜ਼ਤ ਹੋਏਗੀ ਤੁਹਾਡੀ ਕੌਮ ਦਾ ਸਿਰ ਉੱਚਾ ਰਹੇਗਾ ਸਾਡੇ ਬਜ਼ੁਰਗਾਂ ਦੀ ਦਸਤਾਰ ਉੱਚੀ ਰਹੇਗੀ ਤੇ ਜੇ ਅਸੀਂ ਆਪਣੀ ਬੁੱਧੀ ਪਰੇਸ਼ਟ ਕਰ ਲੈ ਤੇ ਸਭ ਕੁਝ ਇਹ ਗਵਾ ਕੇ ਨੰਖ ਖਾਲੀ ਹੱਥੇ ਤੋਂ ਮਰ ਜਾਵਾਂਗੇ ਤੇ ਅੱਗੇ ਜਾ ਕੇ ਨਰਕਾਂ ਦੇ ਭਾਗੀ ਬਣ ਜਾਵਾਂਗੇ ਕੋਈ ਨਹੀਂ ਹੋਏ ਜਨਮ ਬਾਹੋ ਬਾਹੋ ਗੋਵਿੰਦ ਸਿੰਘ ਕਿਉਂ ਆਪੇ ਗੁਰ ਤਾਂ ਬਾਹੋ ਬਾਹੋ ਆਪੇ ਗੁਰ ਰਹਿਣੀ ਰਹੇ ਉਹ ਮੇਰਾ ਸਿੱਖ ਹੋਏਗਾ ਜਿਹੜਾ ਮੇਰੇ ਦੱਸੇ ਹੋਏ ਮਾਰਗ ਤੇ ਚੱਲੇਗਾ ਫਿਰ ਕਿਦਾਂ ਦਾ ਸਿੱਖ ਹੋਏਗਾ ਮੈਂ ਉਹਨੂੰ ਕੀ ਕਹੂੰਗਾ ਉਹ ਸਾਹਿਬ ਮਸਕਾ ਚਿਹਰਾ ਤੇ ਜੇ ਰਹਿਤ ਨਹੀਂ ਰੱਖਣੀ ਰਹਿਤ ਰਹਿਤ रह ਜਾਏ ਵਿਕਾਰਾ ਰਹਿਤ ਵਿੱਚ ਚੱਲਦੇ ਆ ਚੱਲਦੇ ਤੁਹਾਡੇ ਬਕਾਰ ਕਟਣੇ ਹਰ ਚੀਜ਼ ਨੂੰ ਬਾੜ ਦਿੱਤੀ ਹੁੰਦੀ ਹੈ ਬਾਹਰਲੀ ਰਹਿਤ ਸਾਡੀ ਬਾੜ ਹੈ ਪੰਜ ਕਕਾਰ ਹੀ ਰਹਿਤ ਹੈ ਸਾਡੇ ਕੋਲ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਕਹਾਵੇ ਤੇ ਸਤਿਗੁਰੂ ਬਾਝੋਂ ਸਿੱਖਾਂ ਦਾ ਗੁਰ ਨਹੀਂ ਕੋਈ ਸਤਿਗੁਰੂ ਬਾਝੋਂ ਬਾਣੀ ਗੁਰੂ ਸਤਿਗੁਰੂ ਬਾਝੋਂ ਗੁਰ ਨੇ ਐਵੇਂ ਨਾ ਧੱਕੇ ਖਾਓ ਥਾਂ ਥਾਂ ਕੋਈ ਨਹੀਂ ਤੁਹਾਨੂੰ ਦੇਵੇਗਾ ਕੋਈ ਬਾਬਾ ਸੂਰਜ ਨਹੀਂ ਦੇਵੇਗਾ ਚੰਦਰਮਾ ਨਹੀਂ ਦੇਵੇਗਾ ਧਰਤੀ ਨਹੀਂ ਦੇਵੇਗਾ ਅੱਖ ਨਹੀਂ ਦੇਵੇਗਾ ਲੱਤ ਨਹੀਂ ਦੇਵੇਗਾ ਬੱਚਾ ਵੀ ਨਹੀਂ ਦੇਵੇਗਾ ਤਾਂ ਗੁਰੂ ਨੇ ਕਿਹਾ ਸੀ ਸਭਨਾ ਜੀਆਂ ਕਾ ਇੱਕ ਦਾਤਾ ਇੱਕ ਬੰਦੇ ਨੂੰ ਬੱਚਾ ਮਿਲ ਗਿਆ ਬਾਬੇ ਕੋਲ ਜਾਣ ਵਾਲੇ ਨੂੰ ਤੇ ਇਹਨਾਂ ਨੂੰ ਮਿਲਿਆ ਨਹੀਂ ਹੁਣ ਉਹ ਕਿੱ디 ਜਾਣ ਨੂੰ ਰੋਣ ਉਹ ਵੀ ਇਸ ਕਰਕੇ ਜਾਂਦੇ ਵੀ ਮੈਨੂੰ ਵੀ ਮੁੰਡਾ ਮਿਲ ਜਾ ਨਹੀਂ ਮਿਲਿਆ ਜੀਨੂੰ ਮਿਲ ਗਿਆ ਉਹਨਾਂ ਡੌਂਡੀ ਪਾ ਦਿੱਤੇ ਮੈਨੂੰ ਬਾਬੇ ਨੇ ਦਿੱਤਾ ਤੇ ਬਾਕੀ ਲੋਕਾਂ ਨੂੰ ਕਿਹਨਾਂ ਦਿੱਤਾ ਕਾਮਰੇਡਾਂ ਨੂੰ ਕਿਹਨਾਂ ਦਿੱਤੇ ਨਿਆਣੇ ਸੂਰਾ ਨੂੰ 15-15 ਨਿਆਣੇ ਕਿਹਨਾਂ ਦੇ ਦਿੱਤੇ ਚੰਗਾ ਇਨਸਾਨ ਤੁਹਾਨੂੰ ਚੰਗੀਆਂ ਗੱਲਾਂ ਦੱਸ ਸਕਦਾ ਮੰਨੋ ਮੰਨੋ ਨਹੀਂ ਮੰਨਣੀਆਂ ਤਾਂ ਤੁਹਾਨੂੰ ਗਿਆ ਸੀ ਕਰਨ ਕਰਨ ਪ੍ਰਭ ਇਕ ਹੈ ਦੂਸਰ ਨਹੀਂ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਏ ਹਰ ਪੁਰਖ ਬਧਾਤਾ ਇੱਕੋ ਦਾਤਾ ਦੇਖਿਆ ਗੁਰੂ ਪਾਸ਼ਾ ਕਹਿੰਦੇ ਨੇ ਕੋ ਦਾਤਾ ਹੈ ਆਦ ਸੱਚ ਜੁਗਾਦ ਸੱਚ ਹੈਪੀ ਨਾਨਕ ਜੀ ਕਹਿੰਦੇ ਹੋਸੀ ਪੀ ਸੋ ਗੁਰੂ ਪਾਸ਼ਾ ਪਰਿਵਾਰ ਨੂੰ ਪੜਾਣਾ ਮੰਨਣ ਦਾ ਬਲ ਬਖਸ਼ਣ ਨਗਰ ਖੇੜੇ ਸੁਖ ਸ਼ਾਂਤੀ ਬਣੀ ਰਹੇ ਸਿੱਖ ਕੌਮ ਦਾ ਪਥਵਾਕ ਬਣੇ Hindu ਸੱਚਾ Hindu ਹੋਏ ਮੁਸਲਮਾਨ ਸੱਚਾ ਮੁਸਲਮਾਨ ਅਸਾਈ ਸੱਚਾ ਅਸਾਈ ਤੇ ਸਿੱਖ ਸਾਰੇ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਣ ਤੁਸੀਂ ਪੰਜਾਬ ਤੋਂ ਆਈਡੀਆ ਲਾਓ ਤੁਸੀਂ ਇੱਥੇ 60 ਬੰਦੇ ਆਰਪਾਨ ਪਾ ਕੇ ਵਿੱਚ ਜਨਾਨੀਆਂ ਵਿੱਚ ਬੰਦੇ ਫੇਰੋ ਪੰਜਾਬ ਵਿੱਚ ਤੁਹਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਪਰ ਤੁਹਾਡੀ ਕਰਤੂਤ ਸਿੱਖ ਹੋਣੀ ਚਾਹੀਦੀ ਉਹ ਕੁਝ ਲੋਕ ਉਹ ਨੇ ਜਿਹੜੇ ਕਿਰਪਾਨ ਪਾ ਕੇ ਬੰਦੇ ਮਾੜੇ ਗੱਲ ਕਰਤੂਤਾਂ ਕਰਦੇ ਨੇ ਉਹ ਲੋਕ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਲੋਕਾਂ ਨੂੰ ਦੇਖ ਕੇ ਧਰਮ ਤੋਂ ਪਿੱਛੇ ਮੁੜਦੇ ਨੇ ਉਹਨਾਂ ਨੂੰ ਮੈਂ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜਦੋਂ ਵੀ ਧਰਮ ਦੇ ਨਾਂ ਤੇ ਦੇਖਣਾ ਉਸ ਬੰਦੇ ਨੂੰ ਦੇਖੋ ਜਿਹੜੇ ਧਰਮ ਨਾਲ ਸਾਥ ਠੀਕ ਚੱਲਦਾ ਜੇ ਜੀਂਦਿਆਂ ਵਿੱਚੋਂ ਨਹੀਂ ਦੇਖਣ ਤੇ ਬਾਬਾ ਦੀਪ ਸਿੰਘ ਦੇਖ ਲਓ ਭਾਈ ਮਨੀ ਸਿੰਘ ਦੇਖ ਲਓ ਭਾਈ ਤਾਰੂ ਸਿੰਘ ਦੇਖ ਲਓ ਛੀਦਾ ਨੂੰ ਉਹਨਾਂ ਨੂੰ ਦੇਖ ਲਓ ਤੁਹਾਡੇ ਵਿੱਚੋਂ ਨੇ ਤੁਸੀਂ ਉਹ ਗੰਦੇ ਬੰਦੇ ਨੂੰ ਕਿਉਂ ਦੇਖਣ ਲੱਗੇ ਆ ਜੇ ਪੈਸੇ ਦੇ ਪੱਖ ਤੋਂ ਦੇਖਣਾ ਤੋਂ ਸਬੰਧੇ ਨੂੰ ਦੇਖੋ ਜਿਹੜਾ ਤੁਹਾ ਤੋਂ ਥੱਲੇ ਬੈਠ ਕੇ ਰੋਟੀ ਖਾਂਦੇ ਆ ਬੁਰੀ ਹਾਲਤ ਆ ਉਹਦੀ ਤੁਹਾਨੂੰ ਕੁਦਰਤ ਨੇ ਇਹਨਾਂ ਕੁਝ ਦਿੱਤਾ ਤੁਸੀਂ ਉਹਦਾ ਧੰਨਵਾਦ ਨਹੀਂ ਕਰ ਰਹੇ ਬਹੁਤ ਕੁਝ ਆ ਤੁਹਾਡੇ ਵਾਸਤਾ ਜੇ ਤੁਸੀਂ ਯਤਨਸ਼ੀਲ ਹੋ ਇਹ ਸਾਰਾ ਕੁਝ ਪ੍ਰਾਪਤ ਹੋ ਜਾਣਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਐਨੀਆਂ ਬੇਨਤੀਆਂ ਕਰਦਿਆਂ ਹੋਇਆਂ ਮੇਰੀ ਭੈਣ ਵੱਲੋਂ ਮੇਰੇ ਭਰਾ ਵੱਲੋਂ ਕਿਸੇ ਨੂੰ ਮਨ ਨੂੰ ਠੇਸ ਲੱਗੀ ਹੋਈ ਮੇਰੀ ਭਾਦੀ ਸ਼ਬਦਾਵਲੀ ਨਾਲ ਗੁੱਸੇ 'ਚ ਬੋਲਦਾ ਦੁਖੀ ਹੋਇਆ ਛਦਾਈ ਬੰਦਾ ਜੇ ਕਿਸੇ ਨੂੰ ਦੁੱਖ ਲੱਗਿਆ ਕੋਈ ਮੇਰੇ ਹੋਰ ਵੀਰ ਨੂੰ ਜਿਹੜਾ ਕਿਸੇ ਹੋਰ ਬਾਬੇ ਨੂੰ ਬੜੀ ਪ੍ਰੌੜਤਾ ਦੇ ਕੇ ਬੰਦਾ ਮੇਰਾ ਬਾਬਾ ਰੱਬ ਹੈ ਰੱਬ ਨੂੰ ਲੜਾਓ ਨਾ ਰੱਬ ਹਮੇਸ਼ਾ ਹਾਂ ਇਹ ਹੈ ਆਦਮ ਕੋ ਖੁਦਾ ਮਤ ਰੱਖੋ ਲੇਕਿਨ ਆਦਮ ਕੋ ਖੁਦਾ ਕੇ ਨੂਰ ਸੇ ਜੁਦਾ ਮਤ ਰੱਖੋ ਬੰਦਾ ਖੁਦਾ ਵਿਨਾ ਕਹੋ ਤੇ ਬੰਦੇ ਨੂੰ ਰੱਬ ਦੀ ਜੋਤ ਤੋਂ ਬਿਨਾ ਵੀ ਨਾ ਮੰਨੋ ਹਰ ਚ ਸਭ ਮੈਂ ਜੋਤ ਜੋਤ ਹੈ ਸੋਏ ਇਸ ਕਹੇ ਚਾਨਣ ਸਾਹਿਬ ਮੈਂ ਤੇ ਸਭ ਤੋਂ ਪਹਿਲਾਂ ਜੇ ਜੋਤ ਮੰਨਣੀ ਹੈ ਤੇ ਆਪਣੇ ਵਿੱਚ ਮੰਨਣਾ ਪੈਣਾ ਆਤਮਦਰਸ਼ੀ ਹੋਣਾ ਪੈਣਾ ਉਦਾਜ ਹਰ ਖੋਗ ਨੂੰ ਬਰਾਬਰ ਰੱਖਣਾ ਪੈਣਾ ਜੇ ਤਾਂ ਮੇਰੀ ਹੋਏ ਇੱਜ਼ਤ ਫਿਰ ਤਾਂ ਮੈਨੂੰ ਲੱਗਦੇ ਸਾਰੇ ਸੋਹਣੇ ਤੇ ਜੇ ਮੈਨੂੰ ਮੇਰੀ ਕੋਈ ਸੱਚੀ ਗੱਲ ਵੀ ਮੇਰੇ ਮੂੰਹ ਤੇ ਕਹ ਦੇ ਫਿਰ ਥਾਣ ਨੂੰ ਇਹਨੂੰ ਗੋਲੀ ਮਾਰ ਦਮਾਂ ਮੈਂ ਹੂੰ ਸੱਚੀ ਗੱਲ ਮੇਰੇ ਮੂੰਹ ਤੇ ਕਹਤੀ ਹੈ ਇਹ ਹੈ ਤੈਸਾ ਮਾਨ ਤਸਾ ਮਾਨ ਤਸਾ ਰੰਗ ਤਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਐ ਗੁਰੂ ਆਸ਼ਰਮਤ ਕਰਨ ਦਾਸ ਨੂੰ ਖੇਮਾ ਕਰਦੇ ਹੋਏ ਫਤਿਹ ਨਾਸਾਂ ਚ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ